ਅਸਰ ਦੀ ਤੇ ਵੇਖ ਕੇ ਅੱਖ ਦਾ ਪਾਣੀ ਰੁਕ ਨਹੀਂ ਸਕਦਾ। ਇਹ ਜੋ ਸਮੇਂ ਆਏ ਨਾ ਇਹ ਥੋੜਾ ਥੋੜਾ ਬੋਲਣਗੇ ਤੇ ਤਾਂ ਹੀ ਮਾਹੌਲ ਬਣੇਗਾ। ਅਸਰ ਦੀ ਤੇ ਵੇਖ ਕੇ ਅੱਖ ਦਾ ਪਾਣੀ ਰੁਕ ਨਹੀਂ ਸਕਦਾ। ਇਹ ਮਜ਼ਲੂਮ ਦੇ ਗਮ ਦਾ ਬੂਟਾ ਕਦੇ ਵੀ ਸੁੱਕ ਨਹੀਂ ਸਕਦਾ। ਅਸਰ ਦੀ ਤੇ ਵੇਖ ਕੇ ਅੱਖ ਦਾ ਪਾਣੀ ਰੁਕ ਨਹੀਂ ਸਕਦਾ। ਇਹ ਮਜ਼ਲੂਮ ਦੇ ਗਮ ਦਾ ਬੂਟਾ ਕਦੇ ਵੀ ਸੁੱਕ ਨਹੀਂ ਸਕਦਾ। ਇੱਕ ਲੱਖ 24,000 ਨਬੀ ਦੀ ਸਿਰ ਪੱਗ ਹੋਵੇ ਜਿਸ ਸਿਰ ਤੇ, ਇੱਕ ਲੱਖ 24,000 ਨਬੀ ਦੀ ਪੱਗ ਹੋਵੇ ਜਿਸ ਸਿਰ ਤੇ, ਉਹ ਸਿਰ ਲੈ ਤੇ ਸਕਦਾ ਏ ਜ਼ੁਲਮ ਦੇ ਅੱਗੇ ਝੁਕ ਨਹੀਂ ਸਕਦਾ। ਇੱਕ ਲੱਖ 24,000 ਨਬੀ ਦੀ ਪੱਗ ਹੋਵੇ ਜਿਸ ਸਿਰ ਤੇ, ਇੱਕ ਲੱਖ 24,000 ਨਬੀ ਦੀ ਪੱਗ ਹੋਵੇ ਜਿਸ ਸਿਰ ਤੇ, ਉਹ ਸਿਰ ਲੈ ਤੇ ਸਕਦਾ ਏ ਜ਼ੁਲਮ ਦੇ ਅੱਗੇ ਝੁਕ ਨਹੀਂ ਸਕਦਾ। ਖਾਕਾਨ ਸਾਹਿਬ, ਜਦ ਸਾਰੇ ਦਰ ਵੱਟ ਗਏ, ਸ਼ਾਹ ਨੇ ਆਖਿਆ ਪਿੜ ਵਿੱਚ ਆ ਕੇ, ਜਦ ਸਾਰੇ ਦਰ ਵੱਟ ਗਏ, ਸ਼ਾਹ ਨੇ ਆਖਿਆ ਪਿੜ ਵਿੱਚ ਆ ਕੇ, ਮੈਂ ਆ ਪੁੱਤਰ ਨਬੀ ਦਾ, ਮੈਂ ਤੇ ਅੰਦਰੀ ਲੁਕ ਨਹੀਂ ਸਕਦਾ। ਸੁਭਾਨ ਅੱਲਾਹ ਜੀ, ਕਿਆ ਕਹਿ। ਜਦ ਸਾਰੇ ਦਰ ਵੱਟ ਗਏ, ਸ਼ਾਹ ਨੇ ਆਖਿਆ ਪਿੜ ਵਿੱਚ ਆ ਕੇ, ਮੈਂ ਆ ਪੁੱਤਰ ਨਬੀ ਦਾ, ਮੈਂ ਤੇ ਅੰਦਰੀ ਲੁਕ ਨਹੀਂ ਸਕਦਾ। ਮਾਸ਼ਾਅੱਲਾ। ਤੇ ਡੇਰਿਆਂ ਅੱਗੇ ਸ਼ਾਹ ਨੇ ਜਿਹੜਾ ਬਾਲਿਆ ਸੱਚ ਦਾ ਦੀਵਾ, ਨੇਰਿਆਂ ਅੱਗੇ ਸ਼ਾਹ ਨੇ ਜਿਹੜਾ ਬਾਲਿਆ ਸੱਚ ਦਾ ਦੀਵਾ, ਰਹਿੰਦੀ ਦੁਨੀਆਂ ਤੀਕਰ ਉਹਦਾ ਚਾਨਣ ਮੁੱਕ ਨਹੀਂ ਸਕਦਾ। ਨੇਰਿਆਂ ਅੱਗੇ ਸ਼ਾਹ ਨੇ ਜਿਹੜਾ ਬਾਲਿਆ ਸੱਚ ਦਾ ਦੀਵਾ, ਰਹਿੰਦੀ ਦੁਨੀਆਂ ਤੀਕਰ ਉਹਦਾ ਚਾਨਣ ਮੁੱਕ ਨਹੀਂ ਸਕਦਾ। ਕਾਸਮ ਔਨ ਹਬੀਬ ਜ਼ੁਹੈਰ ਅਬਾਸ ਕੋਈ ਤੇ ਆਓ, ਕਾਸਿਮ ਔਨ ਹਬੀਬ ਜ਼ੁਹੈਰ ਅਬਾਸ ਕੋਈ ਤੇ ਆਓ, ਮੈਂ ਕੱਲਾ ਤੇ ਅਲੀ ਅਕਬਰ ਦਾ ਲਾਸ਼ਾ ਚੁੱਕ ਨਹੀਂ ਸਕਦਾ। ਕਾਸਿਮ, ਸ਼ੁਕਰੀਆ। ਕਾਸਿਮ ਔਨ ਹਬੀਬ ਜ਼ੁਹੈਰ ਅਬਾਸ ਕੋਈ ਤੇ ਆਓ, ਮੈਂ ਕੱਲਾ ਤੇ ਅਲੀ ਅਕਬਰ ਦਾ ਲਾਸ਼ਾ ਚੁੱਕ ਨਹੀਂ ਸਕਦਾ। ਮੈਂ ਦਰਖਾਸਤ ਕਰਾਂਗਾ ਮੁਹਤਰਮਾ ਡਾਕਟਰ ਫਾਕਰਾ ਸ਼ੁਜਾ ਹੋਰਾਂ ਨੂੰ ਤਸ਼ਰੀਫ ਬਿਆਨ ਕਰਨਾ, ਪੰਜਾਬੀ ਸਲਾਮ ਇਮਾਮੇ ਮਜ਼ਲੂਮ ਦੀ ਖਿਦਮਤ ਪੇਸ਼ ਕਰਨ। ਡਾਕਟਰ ਫਾਕਰਾ ਸ਼ੁਜਾ, ਇਸਲਾਮੀ ਸਾਲ ਦਾ ਪਹਿਲਾ ਮਹੀਨਾ ਮੁਹਰਮ, ਇੱਕ ਪੈਗਾਮ ਸੁਣਾਵਣ ਆਇਆ। ਇਸਲਾਮੀ ਸਾਲ ਦਾ ਪਹਿਲਾ ਮਹੀਨਾ ਇੱਕ ਪੈਗਾਮ ਸੁਣਾਵਣ ਆਇਆ, ਮਾਠੇ ਪਏ ਹੁਸੈਨ ਦੇ ਗਮ ਨੂੰ ਇਹ ਫਿਰ ਜਗਾਵਣ ਆਇਆ। ਮਾਠੇ ਪਏ ਹੁਸੈਨ ਦੇ ਗਮ ਨੂੰ ਇਹ ਫਿਰ ਜਗਾਵਣ ਆਇਆ, ਅੱਖ ਕੋਈ ਇੰਜ ਦੀ ਨਹੀਂ ਰੋਈ ਜੋ ਨਾ ਹੋਵੇਗੀ, ਅੱਖ ਕੋਈ ਇੰਜਦੀ ਨਹੀਂ ਰੋਈ ਜੋ ਨਾ ਹੋਵੇਗੀ, ਸੁੱਕੇ ਹੋਏ ਸਨ ਨੀਰ ਉਹਨਾਂ ਨੂੰ ਫਿਰ ਚਲਾਵਣ ਆਇਆ। ਸੁੱਕੇ ਹੋਏ ਸਨ ਨੀਰ ਉਹਨਾਂ ਨੂੰ ਫਿਰ ਚਲਾਵਣ ਆਇਆ, ਹੱਥ ਵਿੱਚ ਕਲਮ ਜਦੋਂ ਵੀ ਫੜਿਆ ਨਾਮ ਹੁਸੈਨ ਦਾ ਲਿਖਿਆ। ਹੱਥ ਵਿੱਚ ਕਲਮ ਜਦੋਂ ਵੀ ਫੜਿਆ ਨਾਮ ਹੁਸੈਨ ਦਾ ਲਿਖਿਆ, ਭੁੱਲੇ ਹੋਏ ਚੇਤੇ ਨੂੰ ਇਹ ਫਿਰ ਹਲਾਵਣ ਆਇਆ। ਭੁੱਲੇ ਹੋਏ ਸਨ ਚੇਤੇ ਨੂੰ ਇਹ ਫਿਰ ਹਲਾਵਣ ਆਇਆ,
ਸ਼ਹੀਦ ਹਸੈਨ ਹੋ ਕੇ ਵੀ ਹੁਣ ਤੱਕ ਜ਼ਿੰਦਾ ਨੇ। ਸ਼ਹੀਦ ਹੁਸੈਨ ਹੋ ਕੇ ਵੀ ਹੁਣ ਤੱਕ ਜ਼ਿੰਦਾ ਨੇ। ਮਰੇ ਹੋਏ ਜ਼ਮੀਰਾਂ ਨੂੰ ਇਹ ਇੱਕ ਵਾਰ ਫਿਰ ਜਗਾਵਣ ਆਇਆ। ਮਰੇ ਹੋਏ ਜ਼ਮੀਰਾਂ ਨੂੰ ਇੱਕ ਵਾਰ ਫਿਰ ਜਗਾਵਣ ਆਇਆ। ਆਲ ਨਬੀ ਦੀ ਔਲਾਦ ਨਬੀ ਦੀ ਸਦਕੇ ਸਾਨੂੰ ਬਖਸ਼ੇ। ਆਲ ਨਬੀ ਦੀ ਔਲਾਦ ਨਬੀ ਦੇ ਸਦਕੇ ਸਾਨੂੰ ਬਖਸ਼ੀ। ਫਾਖਰਾ ਭੁੱਲੀ ਵਾਧਾ ਸੀ ਜੋ ਉਹਨੂੰ ਯਾਦ ਕਰਾਵਣ ਆਇਆ। ਫਾਖਰਾ ਭੁੱਲੀ ਵਾਧਾ ਸੀ ਜੋ ਉਹਨੂੰ ਯਾਦ ਕਰਾਵਣ ਆਇਆ। ਅੱਬਾਸ ਨਾਮ ਦਾਰ ਕਾ ਹੈਦਰ ਗਿਆਲ ਕਾ ਅੱਬਾਸ ਨਾਮ ਦਾਰ ਕਾ ਹੈਦਰ ਗਿਆਲ ਕਾ ਇਸਲਾਮ ਕਰਜ਼ਦਾਰ ਹੈ ਜ਼ਹਰਾ ਗਿਲਾਲ ਕਾ ਔਰ ਸਾਹਿਬ ਸਦਾਰਤ ਬੁਲੰਦ ਸਾਰੇ ਸਰੋਂ ਮੇ ਜੋ ਸਰ ਹੁਸੈਨ ਕਾ ਹੈ ਬੁਲੰਦ ਸਾਰੇ ਸਰੋਂ ਮੇ ਜੋ ਸਰ ਹੁਸੈਨ ਕਾ ਹੈ ਸਬਬ ਯੇ ਹੈ ਕਿ ਸਰ ਮੌਤ ਪਰ ਹੁਸੈਨ ਕਾ ਹੈ ਬੁਲੰਦ ਸਾਰੇ ਸਰੋਂ ਮੇ ਜੋ ਸਰ ਹੁਸੈਨ ਕਾ ਹੈ ਨਹੀਂ ਮਜਾਲ ਕਿਸੀ ਕੀ ਕਿ ਉਸਕੋ ਦੇਖ ਸਕੇ ਨਹੀਂ ਮਜਾਲ ਕਿਸੀ ਕੀ ਕਿ ਉਸਕੋ ਦੇਖ ਸਕੇ ਯੇ ਖੈਮਾ ਗਾਹ ਨਹੀਂ ਹੈ ਯੇ ਖੈਮਾ ਗਾਹ ਨਹੀਂ ਹੈ ਯੇ ਘਰ ਹੁਸੈਨ ਕਾ ਹੈ ਯੇ ਖੈਮਾ ਗਾਹ ਨਹੀਂ ਹੈ ਯੇ ਘਰ ਹੁਸੈਨ ਕਾ ਹੈ ਯਹਾਂ ਸ਼ਜਰ ਨਾ ਪਰਿੰਦੇ ਸਮਰ ਨਾ ਸਬ ਜਾਓਗੀ ਯਹਾਂ ਸ਼ਜਰ ਨਾ ਪਰਿੰਦੇ ਸਮਰ ਨਾ ਸਬ ਜਾਓਗੀ ਜ਼ਮੀਨ ਕਰ ਬੋਲਾ ਹੈ ਸਫ਼ਰ ਹੁਸੈਨ ਕਾ ਹੈ ਜ਼ਮੀਨ ਕਰ ਬੋਲਾ ਹੈ ਸਫ਼ਰ ਹੁਸੈਨ ਕਾ ਹੈ ਔਰ ਸਾਹਿਬ ਇਸ ਪਰ ਅਰਬ ਕੇ ਸੈਂਕੜੋ ਲੋਗੋਂ ਸੇ ਲੈ ਚੁਕਾ ਬੈਤ ਅਰਬ ਕੇ ਸੈਂਕੜੋ ਲੋਗੋਂ ਸੇ ਲੈ ਚੁਕਾ ਬੈਤ ਅਗਰ ਯਜ਼ੀਦ ਕੋ ਡਰ ਹੈ ਤੋ ਡਰ ਹੁਸੈਨ ਕਾ ਹੈ ਅਗਰ ਯਜ਼ੀਦ ਕੋ ਡਰ ਹੈ ਤੋ ਡਰ ਹੁਸੈਨ ਕਾ ਹੈ ਬਹੁਤ ਸੇ ਆਏ ਹੈ ਦੁਨੀਆ ਮੇ ਤਾਜਦਾਰ ਮਗਰ ਬਹੁਤ ਸੇ ਆਏ ਹੈ ਦੁਨੀਆ ਮੇ ਤਾਜਦਾਰ ਮਗਰ ਇਬਾਦਤੋਂ ਮੈਂ ਬੜਾ ਤਾ ਜੇ ਸਰ ਹੁਸੈਨ ਕਾ ਹੈ ਇਬਾਦਤੋਂ ਮੈਂ ਬੜਾ ਤਾ ਜੇ ਸਰ ਹੁਸੈਨ ਕਾ ਹੈ ਔਰ ਸਾਮੀ ਨੇ ਮਾਤਰਮ ਹਰੂਫ ਚੰਦ ਅਕੀਦਤ ਸੇ ਜੋ ਲਿਖੇ ਸ਼ਬਨਮ ਹਰੂਫ ਚੰਦ ਅਕੀਦਤ ਸੇ ਜੋ ਲਿਖੇ ਸ਼ਬਨਮ ਯੇ ਲੁਤਫੇ ਖਾਸ ਵੀ ਅਹਲੇ ਨਜ਼ਰ ਹੁਸੈਨ ਕਾ ਹੈ ਯੇ ਲੁਤਫ
खास भी अहले नजर हुसैन का है। बुलंद सारे सरों में जो सर हुसैन का है। माशाल्लाह, क्या कहने। सलाम या हुसैन, ख्याल विच ने आए मेहरबान या हुसैन। सलाम या हुसैन, वजू करां ता बोल दी जुबान या हुसैन। सलाम या हुसैन, ख्याल विच ने आए मेहरबान या हुसैन। सलाम या हुसैन, जमीन आसमान करबला गवाह ने, हुसैन शाह ने, हुसैन शाह ने, जमीन आसमान करबला गवाह ने, हुसैन शाह ने, बुलंद आप दी रहेगी शान या हुसैन। सलाम या हुसैन, क्या कहें। जमीन आसमान करबला गवाह ने, हुसैन शाह ने, बुलंद आप दी रहेगी शान या हुसैन। सलाम या हुसैन, मैं जी रहा वा आप दे तुफैल या नबी। सलाम या नबी, वाह। मैं जी रहा वा आप दे तुफैल या नबी। सलाम या नबी, मैं जी रहा वा आप दे तुफैल या नबी। सलाम या नबी, मेरे लहू च बोल दी है जान या हुसैन। सलाम या हुसैन, मैं जी रहा वा आप दे तुफैल या नबी। सलाम या नबी, मेरे लहू च बोल दिए जान या हुसैन। सलाम या हुसैन, नबी दी आल ते दरूद भेजदा रवां जदों भी सां लवां। नबी दी आल ते दरूद भेजदा रवां जदों भी सां लवां, मेरे ते हो गए ने मेहरबान या हुसैन। सलाम या हुसैन, नबी दी आल ते दरूद भेजदा रवां जदों भी सां लवां, मेरे ते हो गए ने मेहरबान या हुसैन। सलाम या हुसैन, जो कीता सजदा करबला चाप ने अदा वो इश्क बन गया। जो कीता सजदा करबला चाप ने अदा वो इश्क बन गया, ये रहना रेत ते सदा निशान या हुसैन। सलाम या हुसैन, जो कीता सजदा करबला च आपने अदा वो इश्क बन गया, ये रहना रेत ते सदा निशान या हुसैन। सलाम या हुसैन, प्यास आप दी नू सोचदा वा हर घड़ी लबां ते आ गई। प्यास आप दी नू सोचदा है हर घड़ी, वाह। प्यास आप दी नू सोचदा वा हर घड़ी लबां ते आ गई, नज़र तो जाम आप ही पिलान या हुसैन। सलाम या हुसैन, माशाल्लाह। वजू करां ता बोल दी जुबान या हुसैन। सलाम या हुसैन, ख्याल विच ने आए मेहरबान या हुसैन। सलाम या हुसैन, सलाम या हुसैन, माशाल्लाह। क्या कहने। जिक्र हुसैन दा मैं करांगा, जिक्र हुसैन दा मैं करांगा, मेरा मूँह ते एडी गल। जिक्र हुसैन दा मैं करांगा, मेरा मूँह ते एडी गल, जर्रा सूरज चुमन लग्या, लोको वेखो मेरे वल, जर्रा सूरज चुमन लग्या, लोको वेखो मेरे वल, और सूरज उत्तों थले आया, तपदी रेत ते पैर लगाया, आखन लगा लूस गयावा करबल मैनू पखा चल, आखन लगा लूस गयावा करबल मैनू पखा चल, वेख के असगर दे बुल सुके, वाह। वेख के असगर दे बुल सुके, खैमिया दे सब हंजू मुके, पानी पानी होके गाजी तुर पिया नहर दे पानी वल,
पानी पानी होके गासी टुर पिया नहर दे पानी वल हुरमला तेरे तीर दे तोहफे। हुरमला तेरे तीर ते तोहफे नस्लां दी तकदीर ते तोहफे तू मासूम नू छलनी करके गर्क चकीती अपनी अल। तू मासूम नू छलनी करके गर्क चकीती अपनी अल। अकबर घोड़े उत्ते चढ़िया है शिमर दा लश्कर कंब के डरिया है दोजख पैरी पैके बोली सारे मार के मैनू कर। दोजख पैरी पैके बोली सारे मार के मैनू कर नेजे उत्ते यार दा सेरे इश्कां दे सरदार दा सेरे। नेजे उत्ते यार दा सेरे इश्कां दे सरदार दा सेरे डुबदा सूरज वेख रिहा है इश्क नमाज दे सुचल पल। और फेर की दसां सड़ गए खैमे दोवें आलम सहमे सहमे। फेर की दसां सड़ गए खैमे दोवें आलम सहमे सहमे। जन्नत बोली चल हुसैना आ मेरी सरदारी मल। और जैनब दी ललकार दे अगे किसे यजीद दे पैर ना लगे। जैनब दी ललकार दे अगे किसे यजीद दे पैर ना लगे। कूफे दे विच अजलां तीकर या हुसैन दे वजन टल। और जिक्र हुसैन दा हो ना सकिया कोई अखर छो ना सकिया। हंजू दरिया बन दे पैने बाकी गल करांगे कल। बीबी जैनब दे हजूर खसूसी हाजरी के पढ़दी दरूद हरदम जैनब दे सिर दी चादर। दरूद हरदम जैनब दे सिर दी चादर सल्ले अला वसल्लम जैनब दे सिर दी चादर। पढ़दी दरूद हरदम जैनब दे सिर दी चादर सल्ले अला वसल्लम जैनब दे सिर दी चादर। और दरबार विच यजीदी लज पालदी पई है दरबार विच यजीदी लज पालदी पई है चश्मो चिराग हाशम जैनब दे सिर दी चादर। चश्मो चिराग हाशम जैनब दे सिर दी चादर। और लहू हुसैन दे नाल दीवा ए हक दा बलदा लहू हुसैन दे नाल दीवा ए हक दा बलदा। हुसैनियत दा परचम जैनब दे सिर दी चादर हुसैनियत दा परचम जैनब दे सिर दी चादर। ते धरती ते नेरी चुल्ली आसमानी अख वी रोई धरती ते नेरी चुल्ली आसमानी अख वी रोई। जालम ने खिची रेशम जैनब दे सिर दी चादर जालम ने खिची रेशम जैनब दे सिर दी चादर। शब्बीर कद ता आसी शब्बीर कद ता आसी जैनब नू चुप करासी करदी पई ए मातम जैनब दे सिर दी चादर। ते पैरां दे नक्श चुम चुम नाने नू याद करदी पैरां दे नक्श चुम चुम नाने नू याद करदी। कर दी गई मुकर्रम जैनब दे सिर दी चादर कर दी गई मुकर्रम जैनब दे सिर दी चादर। दिन औखड़े सिजलने तक फातमा दुखड़े दुखेड़े दिन औखड़े सिजलने तक फातमा दुखेड़े। मुड़ आ गया मुहर्रम जैनब दे सिर दी चादर मुड़ आ गया मुहर्रम जैनब दे सिर दी चादर। पढ़दी दरूद हरदम जैनब दे सिर दी चादर सल्ले अला वसल्लम जैनब दे सिर दी चादर। बिस्मिल्लाह रहमान रहीम अस्सलामुअलैकुम। पहुँचेगा आपनू मेरा सलाम या हुसैन पहुँचेगा आपनू मेरा सलाम या हुसैन। हवा देवेगी आपनू प्याम या हुसैन। रगां दे विच लहू दी रगां दे विच लहू भी बोलदा रवे मेरा लवां जदों भी आप दा मैं नाम या हुसैन। है मैनू याद करबला दा जुल्म हर घड़ी रोंदे ने
ਰੋਂਦੇ ਨੇ ਇਸ ਤੇ ਇਸ ਤੇ ਸਾਰੇ ਖਾਸ ਵਾਮ ਯਾ ਹੁਸੈਨ ਤੁਸੀਂ ਨਿਸ਼ਾਨੀ ਅਜ਼ਮਤਾਂ ਵਾਲੇ ਰਸੂਲ ਦੀ ਤੁਸੀਂ ਨਿਸ਼ਾਨੀ ਅਜ਼ਮਤਾਂ ਵਾਲੇ ਰਸੂਲ ਦੀ ਜਹਾਨ ਵੀ ਇਹ ਕਰਦਾ ਇਹਤਰਾਮ ਯਾ ਹੁਸੈਨ ਸਦਾ ਲੜਾਈ ਹੱਕ ਦੇ ਨਾਲ ਕੁਫਰ ਦੀ ਰਹੀ ਤੁਹਾਡਾ ਜ਼ਿਕਰ ਰਹਿਣਾ ਸੁਬਾ ਸ਼ਾਮ ਯਾ ਹੁਸੈਨ ਖਾਨਮ ਏ ਕਰਬਲਾ ਵੀ ਹੁਸੈਨੀ ਮੁਕਾਮ ਹੈ ਖਾਨਮ ਏ ਕਰਬਲਾ ਵੀ ਹੁਸੈਨੀ ਮੁਕਾਮ ਹੈ ਲੈਂਦੇ ਨੇ ਤੇਰਾ ਨਾਮ ਦਰ ਤੇ ਬਾਮ ਯਾ ਹੁਸੈਨ ਪਹੁੰਚੇਗਾ ਆਪ ਨੂੰ ਮੇਰਾ ਸਲਾਮ ਯਾ ਹੁਸੈਨ ਹਵਾ ਦੇਵੇਗੀ ਆਪ ਨੂੰ ਪਿਆਮ ਯਾ ਹੁਸੈਨ ਅੱਜ ਦੇ ਦਿਨ ਦੇ ਹਵਾਲੇ ਨਾਲ ਕੁਛ ਸ਼ੇਰ ਕਿ ਮੈਂ ਡੁੱਬਦੀ ਸ਼ਾਮ ਦਾ ਉਹ ਖੂਨੀ ਮੰਜ਼ਰ ਸੋਚ ਲੈਂਦਾ ਵਾਂ ਮੈਂ ਡੁੱਬਦੀ ਸ਼ਾਮ ਦਾ ਉਹ ਖੂਨੀ ਮੰਜ਼ਰ ਸੋਚ ਲੈਂਦਾ ਵਾਂ ਜਦੋਂ ਡਰ ਲੱਗਦਾ ਹੈ ਮੈਨੂੰ ਬਹੱਤਰ ਸੋਚ ਲੈਂਦਾ ਵਾਂ ਜਦੋਂ ਡਰ ਲੱਗਦਾ ਹੈ ਮੈਨੂੰ ਬਹੱਤਰ ਸੋਚ ਲੈਂਦਾ ਵਾਂ ਔਰ ਮੇਰੀ ਅੱਖਾਂ ਦੇ ਬੈਨਾਂ ਚੋਂ ਮੇਰੀ ਅੱਖਾਂ ਦੇ ਵਹਿਣਾ ਚੋਂ ਇਹ ਪਾਣੀ ਸੁੱਕ ਨਹੀਂ ਸਕਦਾ ਜਦੋਂ ਦਸਵੀਂ ਮੁਹਰਮ ਦੀ ਉਹ ਡਿਗਰ ਵੇਖ ਲੈਂਦਾ ਵਾਂ ਔਰ ਸਲਾਮ ਦੇ ਚੰਦ ਸ਼ਾਹ ਗੈਰਤ ਤੇ ਜੁਰਤ ਦਾ ਵੱਡਾ ਨਾਮ ਹੁਸੈਨ ਗੈਰਤ ਤੇ ਜੁਰਤ ਦਾ ਵੱਡਾ ਨਾਮ ਹੁਸੈਨ ਥੋੜ ਦਿਲਾਂ ਲਈ ਜੀਵਨ ਦਾ ਪੈਗਾਮ ਹੁਸੈਨ ਤੇ ਖੌਫ ਦੇ ਨੇੜੇ ਜਦ ਵੀ ਘੇਰਨ ਲੱਗਦੇ ਨੇ ਹੋਂਠਾਂ ਉੱਤੇ ਆ ਜਾਂਦਾ ਹੈ ਨਾਮ ਹੁਸੈਨ ਖੌਫ ਦੇ ਨੇੜੇ ਜਦ ਵੀ ਘੇਰਨ ਲੱਗਦੇ ਨੇ ਹੋਂਠਾਂ ਉੱਤੇ ਆ ਜਾਂਦਾ ਹੈ ਨਾਮ ਹੁਸੈਨ ਤੇ ਲਹੂ ਦੇ ਦੀਵੇ ਬਾਲ ਕੇ ਕਰਬਲ ਧਰਤੀ ਤੇ ਜ਼ਿੰਦਾ ਕਰ ਦਿੱਤਾ ਹੈ ਜੀ ਇਸਲਾਮ ਹੁਸੈਨ ਲਹੂ ਦੇ ਦੀਵੇ ਬਾਲ ਕੇ ਕਰਬਲ ਧਰਤੀ ਤੇ ਜ਼ਿੰਦਾ ਕਰ ਦਿੱਤਾ ਹੈ ਜੀ ਇਸਲਾਮ ਹੁਸੈਨ ਤੇ ਤੇਰੇ ਨਾਂ ਦੀ ਨਿਸਬਤ ਦੇ ਨਾਲ ਵੱਡੇ ਹੋਏ ਭਾਵੇਂ ਹੋਵੇ ਗੁਫਾ ਭਾਵੇਂ ਸ਼ਾਮ ਹੁਸੈਨ ਤੇਰੇ ਨਾਂ ਦੀ ਨਿਸਬਤ ਦੇ ਨਾਲ ਵੱਡੇ ਹੋਏ ਭਾਵੇਂ ਹੋਵੇ ਗੁਫਾ ਭਾਵੇਂ ਸ਼ਾਮ ਹੁਸੈਨ ਤੇ ਮਰ ਕੇ ਜ਼ਿੰਦਾ ਰਹਿਣ ਦਾ ਵੱਲ ਕੀ ਦੱਸਿਆ ਏ ਇਨਸਾਨਾਂ ਲਈ ਅੰਮ੍ਰਿਤ ਦਾ ਏ ਜਾਮ ਹੁਸੈਨ ਇਨਸਾਨਾਂ ਲਈ ਅੰਮ੍ਰਿਤ ਦਾ ਏ ਜਾਮ ਹੁਸੈਨ ਤੇ ਤੇਰੇ ਗਮ ਦੀ ਲੋਏ ਮੇਰੇ ਸ਼ੇਰਾਂ ਵਿੱਚ ਰਹਿ ਜਾਣਾ ਸੀ ਨਹੀਂ ਤੇ ਮੈਂ ਗੁਮਨਾਮ ਹੁਸੈਨ ਤੇਰੇ ਗਮ ਦੀ ਲੋਏ ਮੇਰੇ ਸ਼ੇਰਾਂ ਵਿੱਚ ਰਹਿ ਜਾਣਾ ਸੀ ਨਹੀਂ ਤੇ ਮੈਂ ਗੁਮਨਾਮ ਹੁਸੈਨ ਦੋ ਸ਼ੇਰ ਤੇ ਇਜਾਜ਼ਤ ਕੇ ਪਾਣੀ ਮਿਹਰਬਾਨੀ ਜਨਾਬ ਕਿ ਪਾਣੀ ਨਾਲ ਵੀ ਤਸ ਨਹੀਂ ਲੈਣੀ ਪਾਣੀ ਨਾਲ ਵੀ ਤਸ ਨਹੀਂ ਲੈਣੀ ਕਦੀ ਵੀ ਸੋਚ ਦੀ ਕਸ ਨਹੀਂ ਲੈਣੀ ਕਸ ਦੀ ਪਤਾ ਨੀ ਸਮਝ ਆਈ ਹੈ ਲੋਕਾਂ ਨੂੰ ਬੁਖਾਰ ਪਾਣੀ ਨਾਲ ਵੀ ਤਸ ਨਹੀਂ ਲੈਣੀ ਕਦੀ ਵੀ ਸੋਚ ਦੀ ਕਸ ਨਹੀਂ ਲੈਣੀ ਤੇ ਜਿਵੇਂ ਅਸਗਰ ਤੀਰਾਂ ਜੀ ਬਿਲਕੁਲ ਤਾਜ਼ਾ ਸ਼ੇਰ ਇਹਨਾਂ ਹੁੰਦੇ ਆ ਲਿਖੇ ਨੇ ਪਾਣੀ ਨਾਲ ਵੀ ਤਸ ਨਹੀਂ ਲੈਣੀ ਕਦੀ ਵੀ ਸੋਚ ਦੀ ਕਸ ਨਹੀਂ ਲੈਣੀ ਤੇ ਤੀਰੀ ਜਿਵੇਂ ਅਸਗਰ ਟੰਗਿਆ ਇਹ ਤਾਰੀਖ ਤੂੰ ਲੱਸ ਨਹੀਂ ਲੈਣੀ ਇਹ ਤਾਰੀਖ ਤੂੰ ਲੱਸ ਨਹੀਂ ਲੈਣੀ ਪਾਣੀ ਨਾਲ ਵੀ ਤਸ ਨਹੀਂ ਲੈਣੀ ਬਹੁਤ ਸ਼ੁਕਰੀਆ ਇੱਕ ਵਾਰੀ ਦਰੂਦ ਸ਼ਰੀਫ ਮੇਰੇ ਨਾਲ ਤੁਸੀਂ ਸਾਰਿਆਂ ਨੇ ਮਿਲ ਕੇ ਪੜ੍ਹਨਾ ਹੈ ਅੱਲਾਹੁਮਾ ਸੱਲ ਅਲਾ ਮੁਹੰਮਦ ਵਅਲਾ ਆਲਿ ਮੁਹੰਮਦ
मैं इस दावत का बहुत शुक्रगुजार हाँ खागान साहब, क्योंकि इस दावत के तुफैल हजूर मेरी पहली पंजाबी हाजरी है। मौला से हजूर कमाल मेरे बड़े सामने वैसे भी लिखी पहले भी सुनी है जी। सलाम आज कह रहे हैं कि सलाम जी। हाँ जी जी। जेदा जिक्र दायमी है ओ हुसैन बिन अली है। जेदा जिक्र दायमी है ओ हुसैन बिन अली है। जेदी जात रोशनी है ओ हुसैन बिन अली है। जेदा जिक्र दायमी है ओ हुसैन बिन अली है। जेदी जात रोशनी है ओ हुसैन बिन अली है। जेड़ा लाड़ियां दा लाड़ा जेड़ा हक दा सूरमा है। जेड़ा लाड़ियां दा लाड़ा जेड़ा हक दा सूरमा है। जेदा सबर आखरी है ओ हुसैन बिन अली है। जेड़ा लाड़ियां दा लाड़ा जेड़ा हक दा सूरमा है। जेदा सबर आखरी है ओ हुसैन बिन अली है। जेड़ा कल भी लाजमी सी ओ हुसैन बिन अली सी। जेड़ा कल भी लाजमी सी ओ हुसैन बिन अली सी। जेड़ा आज भी लाजमी है ओ हुसैन बिन अली है। जेड़ा कल भी लाजमी सी ओ हुसैन बिन अली सी। जेड़ा आज भी लाजमी है। जेड़ा आज भी लाजमी है ओ हुसैन बिन अली है। जेड़ा अंबिया दा प्यारा जेड़ा दीन दा सहारा। खगा साहब तो वजह चाहना मैं। जेड़ा अंबिया दा प्यारा जेड़ा दीन दा सहारा ओ हुसैन बिन अली है। ओ हुसैन बिन अली है। जेड़ा दस गया है सजदा जेड़ा दे गया शहादत। जेड़ा दस गया है सजदा जेड़ा दे गया शहादत। ए अजान जान दी है ओ हुसैन बिन अली है। जेड़ा दस गया है सजदा जेड़ा दे गया शहादत। ए अजान जान दी है ओ हुसैन बिन अली है। आखिरी शेर है ओ नबी दा लाल सोना ओ अली दा बाल सोना। ओ नबी दा लाल सोना ओ अली दा बाल सोना। जेदा गम गली गली है ओ नबी दा लाल सोना ओ अली दा बाल सोना। जेदा गम गली गली है ओ हुसैन बिन अली है। जेदा जिक्र दायमी है ओ हुसैन बिन अली है। जेदी जात रोशनी है ओ हुसैन बिन अली। बहुत शुक्रिया। मैं मुबारकबाद पेश करती हाँ खाकान और खुशी की गल है और खुशी का मकाम है। तो इमाम करबला के हजूर थोड़े जे अशार मर्शिये दे कुछ अशार ने पहले लहू लहू हो के डुब गए सन हयात वेले। लहू लहू हो के लहू लहू हो के डुब गए सन हयात वेले। अजीब करबो बला दा मंजर सी रात वेले। लहू लहू हो के डुब गए सन हयात वेले। अजीब करबो बला दा मंजर सी रात वेले। ते मैं होर कित्थों लियावां लब के हुसैन कोई। मैं होर कित्थों लियावां लब के हुसैन कोई। जो दीन सोचे फलाहे दीन अपनी जात वेले। जो दीन सोचे फलाहे दीन अपनी जात वेले। ते हुसैन दा जिक्र एंज नामे नबी नालावे। के हमद दा जीवे जिक्र आंदा है नात वेले। के हमद दा जीवे जिक्र आंदा है नात वेले। ते ए नोहा बन जावे ना कसीदा हुसैन थोड़ा। ए नोहा बन जावे ना कसीदा हुसैन थोड़ा। कलम लिखे केड़ी केड़ी गल हुन सफात वेले। कलम लिखे केड़ी केड़ी गल हुन
ਸੁਫਾਤ ਵੇਲੇ ਤੇ ਉਹ ਸਾਨੂੰ ਸਿਰ ਚੁੱਕ ਕੇ ਜੀਣਾ ਰਖਸ਼ੰਦਾ ਦੱਸ ਗਿਆ ਏ ਉਹ ਸਾਨੂੰ ਸਿਰ ਚੁੱਕ ਕੇ ਜੀਣਾ ਰਖਸ਼ੰਦਾ ਦੱਸ ਗਿਆ ਏ ਪੁਕਾਰੀਏ ਹੁਣ ਹੁਸੈਨ ਨੂੰ ਹੀ ਨਿਜਾਤ ਵੇਲੇ ਪੁਕਾਰੀਏ ਹੁਣ ਹੁਸੈਨ ਨੂੰ ਹੀ ਨਿਜਾਤ ਵੇਲੇ ਉਹ ਸਾਨੂੰ ਸਿਰ ਚੁੱਕ ਕੇ ਜੀਣਾ ਰਖਸ਼ੰਦਾ ਦੱਸ ਗਿਆ ਏ ਪੁਕਾਰੀਏ ਹੁਣ ਹੁਸੈਨ ਨੂੰ ਹੀ ਨਿਜਾਤ ਵੇਲੇ ਤੇ ਥੋੜ੍ਹੇ ਜਿਹੇ ਇਸ਼ਾਰ ਹੋਣੇ ਕਿ ਰੁਸ਼ਨਾਈ ਅਥਰੂਆਂ ਦੀ ਜ਼ਮਾਨੇ ਹੁਸੈਨ ਦੇ ਰੁਸ਼ਨਾਈ ਅਥਰੂਆਂ ਦੀ ਜ਼ਮਾਨੇ ਹੁਸੈਨ ਦੇ ਹੁੰਦੇ ਕਦੋਂ ਨੇ ਜ਼ਖਮ ਪੁਰਾਣੇ ਹੁਸੈਨ ਦੇ ਰੁਸ਼ਨਾਈ ਅਥਰੂਆਂ ਦੀ ਜ਼ਮਾਨੇ ਹੁਸੈਨ ਦੇ ਹੁੰਦੇ ਕਦੋਂ ਨੇ ਜ਼ਖਮ ਪੁਰਾਣੇ ਹੁਸੈਨ ਦੇ ਤੇ ਬਰਛੀ ਨਾ ਨੇਜ਼ੇ ਤੀਰ ਨਾ ਤਲਵਾਰ ਕਰ ਸਕੇ ਬਰਛੀ ਨਾ ਨੇਜ਼ੇ ਤੀਰ ਨਾ ਤਲਵਾਰ ਕਰ ਸਕੇ ਸਜਦੇ ਦੇ ਬਾਜ ਝੁਕਦੇ ਨਾ ਸ਼ਾਨੇ ਹੁਸੈਨ ਦੇ ਸਜਦੇ ਦੇ ਬਾਜ ਝੁਕਦੇ ਨਾ ਸ਼ਾਨੇ ਹੁਸੈਨ ਦੇ ਬਰਛੀ ਨਾ ਨੇਜ਼ੇ ਤੀਰ ਨਾ ਤਲਵਾਰ ਕਰ ਸਕੇ ਸਜਦੇ ਦੇ ਬਾਜ ਝੁਕਦੇ ਨਾ ਸ਼ਾਨੇ ਹੁਸੈਨ ਦੇ ਤੇ ਸ਼ੇਰ ਅਰਜ਼ਾ ਕੀਤਾ ਹਸ਼ਰ ਜਗਮਗਾਵੇਗੀ ਹੱਕ ਸੱਚ ਦੀ ਰੋਸ਼ਨੀ ਤਾਂ ਹਸ਼ਰ ਜਗਮਗਾਵੇਗੀ ਹੱਕ ਸੱਚ ਦੀ ਰੋਸ਼ਨੀ ਬਲਦੀ ਰਹੇਗੀ ਜੋਤ ਸਹਾਨੇ ਹੁਸੈਨ ਦੇ ਤਾਂ ਹਸ਼ਰ ਜਗਮਗਾਵੇਗੀ ਹੱਕ ਸੱਚ ਦੀ ਰੋਸ਼ਨੀ ਬਲਦੀ ਰਹੇਗੀ ਜੋਤ ਸਹਾਨੇ ਹੁਸੈਨ ਦੇ ਤੇ ਭਰਦੇ ਨੇ ਠੰਡੇ ਡੋਲ ਜੋ ਮਿੱਠੀ ਸਬੀਲ ਦੇ ਪਰਦੇ ਨੇ ਠੰਡੇ ਡੋਲ ਜੋ ਮਿੱਠੀ ਸਬੀਲ ਦੇ ਸਭ ਆਸ਼ਿਕਾਂ ਨੇ ਸਭ ਆਸ਼ਿਕੇ ਰਸੂਲ ਦੀਵਾਨੇ ਹੁਸੈਨ ਦੇ ਪਰਦੇ ਨੇ ਡੋਲ ਠੰਡੇ ਪਰਦੇ ਨੇ ਠੰਡੇ ਡੋਲ ਜੋ ਮਿੱਠੀ ਸਬੀਲ ਦੇ ਸਭ ਆਸ਼ਿਕੇ ਰਸੂਲ ਦੀਵਾਨੇ ਹੁਸੈਨ ਦੇ ਤੇ ਪਿਸਰੇ ਅਲੀ ਨੇ ਖੋਲੇ ਸੀ ਇਨਸਾਨੀਅਤ ਦੇ ਦਰ ਪਿਸਰੇ ਅਲੀ ਨੇ ਖੋਲੇ ਸੀ ਇਨਸਾਨੀਅਤ ਦੇ ਦਰ ਰੱਖਣੇ ਨੇ ਆਪਣੇ ਕੋਲ ਖਜ਼ਾਨੇ ਹੁਸੈਨ ਦੇ ਰੱਖਣੇ ਨੇ ਆਪਣੇ ਕੋਲ ਖਜ਼ਾਨੇ ਹੁਸੈਨ ਦੇ ਤੇ ਰਖਸ਼ੰਦਾ ਜਗ ਤੇ ਫੈਲੇ ਹਨੇਰੇ ਨੂੰ ਵੇਖ ਕੇ ਰਖਸ਼ੰਦਾ ਜਗ ਤੇ ਫੈਲੇ ਹਨੇਰੇ ਨੂੰ ਵੇਖ ਕੇ ਹੌਲਾ ਕਰਾਂਗੇ ਦਿਲ ਨੂੰ ਬਹਾਨੇ ਹੁਸੈਨ ਦੇ ਰਖਸ਼ੰਦਾ ਜਗ ਤੇ ਫੈਲੇ ਹਨੇਰੇ ਨੂੰ ਵੇਖ ਕੇ ਹੌਲਾ ਕਰਾਂਗੇ ਦਿਲ ਨੂੰ ਬਹਾਨੇ ਹੁਸੈਨ ਦੇ ਰੁਸ਼ਨਾਈ ਅਥਰੂਆਂ ਦੀ ਜ਼ਮਾਨੇ ਹੁਸੈਨ ਦੇ ਹੁੰਦੇ ਕਦੋਂ ਨੇ ਜ਼ਖਮ ਪੁਰਾਣੇ ਸਲਾਮ ਸੱਚ ਕੁਰਬਾਨੀ ਦੇ ਕੇ ਸੱਚ ਕੁਰਬਾਨੀ ਦੇ ਕੇ ਜ਼ੁਲਮ ਨੂੰ ਮਾਰ ਗਿਆ ਸੱਚ ਕੁਰਬਾਨੀ ਦੇ ਕੇ ਜ਼ੁਲਮ ਨੂੰ ਮਾਰ ਗਿਆ ਸਬਰ ਦੇ ਵਾਰ ਤੋਂ ਜਬਰ ਕਬੀਲਾ ਹਾਰ ਗਿਆ ਸਬਰ ਦੇ ਵਾਰ ਤੋਂ ਜਬਰ ਕਬੀਲਾ ਹਾਰ ਗਿਆ ਉਹਦਾ ਕੋਈ ਜਵਾਬ ਨਹੀਂ ਲੱਭਿਆ ਵੇਲੇ ਨੂੰ ਉਹਦਾ ਕੋਈ ਜਵਾਬ ਨਹੀਂ ਲੱਭਿਆ ਵੇਲੇ ਨੂੰ ਉਹ ਵੇਲੇ ਨੂੰ ਨੇਜ਼ੇ ਤੇ ਲਲਕਾਰ ਗਿਆ ਉਹਦਾ ਕੋਈ ਜਵਾਬ ਨਹੀਂ ਲੱਭਿਆ ਵੇਲੇ ਨੂੰ ਉਹ ਵੇਲੇ ਨੂੰ ਨੇਜ਼ੇ ਤੇ ਲਲਕਾਰ ਗਿਆ ਜਿਸ ਦੇ ਸੀਨੇ ਸ਼ੌਕ ਸ਼ਹਾਦਤ ਪੜਿਆ ਸੀ ਜਾਨ ਦੀ ਬਾਜ਼ੀ ਲਾ ਕੇ ਸੱਚ ਨਿਤਾਰ ਗਿਆ
ਉਹ ਚਾਹੁੰਦਾ ਅਤੇ ਪਾਣੀ ਉਹਦੀਆਂ ਮਸ਼ਕਾਂ ਭਰਦਾ ਉਹ ਚਾਹੁੰਦਾ ਅਤੇ ਪਾਣੀ ਉਹਦੀਆਂ ਮਸ਼ਕਾਂ ਭਰਦਾ ਆਪਣੀ ਪਿਆਸ ਜੋ ਹੱਕ ਦੇ ਉੱਤੋਂ ਵਾਰ ਗਿਆ ਪਾਣੀ ਉਹਦੀਆਂ ਮਸ਼ਕਾਂ ਭਰਦਾ ਆਪਣੀ ਪਿਆਸ ਜੋ ਹੱਕ ਦੇ ਉੱਤੋਂ ਵਾਰ ਗਿਆ ਉਹ ਚਾਹੁੰਦਾ ਅਤੇ ਆਪ ਹਯਾਤੀ ਸਜਦੇ ਕਰਦਾ ਉਹ ਚਾਹੁੰਦਾ ਅਤੇ ਆਪ ਹਯਾਤੀ ਸਜਦੇ ਕਰਦਾ ਵਾਰ ਕੇ ਜਿੰਦੀ ਮਾਨ ਤੋਂ ਖਿਜ਼ਰ ਨੂੰ ਚਾਰ ਗਿਆ ਉਹ ਚਾਹੁੰਦਾ ਅਤੇ ਵੇਲਾ ਉੱਥੇ ਹੀ ਰੁਕ ਜਾਂਦਾ ਉਹ ਚਾਹੁੰਦਾ ਅਤੇ ਵੇਲਾ ਉੱਥੇ ਹੀ ਰੁਕ ਜਾਂਦਾ ਉਹ ਵੇਲੇ ਦੀ ਸਰਹੱਦ ਤੋਂ ਜਦ ਪਾਰ ਗਿਆ ਉਹ ਚਾਹੁੰਦਾ ਅਤੇ ਕਿੰਨੇ ਉਹਦੀ ਮੋੜਨੀ ਸੀ ਉਹ ਚਾਹੁੰਦਾ ਅਤੇ ਕਿੰਨੇ ਉਹਦੀ ਮੋੜਨੀ ਸੀ ਆਪਣੇ ਲਹੂ ਨਾਲ ਹੱਕ ਦਾ ਰੂਪ ਨਿਖਾਰ ਗਿਆ ਜ਼ਾਲਮ ਅੱਗੇ ਝੁਕਣਾ ਵੱਡਾ ਜ਼ੁਲਮ ਹੈ ਨਈਅਰ ਜ਼ਾਲਮ ਅੱਗੇ ਝੁਕਣਾ ਵੱਡਾ ਜ਼ੁਲਮ ਹੈ ਨਈਅਰ ਮਜ਼ਲੂਮਾਂ ਦੀ ਸੋਚ ਹੁਸੈਨ ਨਿਖਾਰ ਗਿਆ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬੜੀ ਮਿਹਰਬਾਨੀ ਡਾਕਟਰ ਜਵਾਹਰ ਸਾਹਿਬ ਅੱਜ ਸਾਡੇ ਕੋਲ ਪ੍ਰੋਗਰਾਮ ਨੂੰ ਕੰਡਕਟ ਕਰ ਰਹੇ ਨੇ ਜਨਾਬ ਰਾਏ ਸਾਹਿਬ ਤਸ਼ਰੀਫ ਰੱਖਦੇ ਨੇ ਅਲੀ ਜ਼ਰੀਉਨ ਤਸ਼ਰੀਫ ਲਿਆਏ ਫੈਸਲਾਬਾਦ ਤੋਂ ਗੁਲਾਮ ਹੁਸੈਨ ਸਾਜਰ ਸਾਹਿਬ ਰਖਸ਼ੰਦਾ ਨਵੀਦ ਔਰ ਬਾਬਾ ਨਜ਼ਮੀ ਸਾਹਿਬ ਦੀ ਸਦਾਰਤ ਔਰ ਮੈਂ ਪਿਲਾਕ ਵੱਲੋਂ ਆਪਣੇ ਵੱਲੋਂ ਔਰ ਆਪਣੀ ਡਾਇਰੈਕਟਰ ਜਨਰਲ ਮੈਡਮ ਬੀਨਿਸ਼ ਫਾਤਮਾ ਸਾਹੀ ਹੋਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਮਹਿਫਲ ਮੁਸਾਲਮਾ 'ਚ ਜੀ ਆਇਆਂ ਨੂੰ ਆਖਣਾ ਵਾਂ ਔਰ ਇਹ ਮਹਿਫਲ ਔਰ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਮਹਿਫਲਾਂ ਨੇ ਅਸੀਂ ਮੈਡਮ ਦੀ ਇਹ ਬੜੀ ਹੀ ਸ਼ਫਕਤ ਹੈਗੀ ਹੈ ਸਾਡੇ ਨਾਲ ਕਿ ਅਸੀਂ ਜਿਹੜੀ ਵੀ ਪ੍ਰਪੋਜ਼ਲ ਇਹਨਾਂ ਅੱਗੇ ਰੱਖੀ ਇਹਨਾਂ ਨੇ ਹਮੇਸ਼ਾ ਉਹਨੂੰ ਐਕਸੈਪਟ ਕਰ ਲਿਆ ਮੰਨ ਲਿਆ ਔਰ ਉਹ ਅਸੀਂ ਪ੍ਰੋਗਰਾਮ ਕੀਤੇ ਬੜੇ ਅੱਛੇ ਹੋਏ ਔਰ ਅੱਗੋਂ ਵੀ ਇਨਸ਼ਾਅੱਲਾ ਅਸੀਂ ਕਰਾਂਗੇ ਇੰਨਾ ਜ਼ਿਆਦਾ ਤਾਉਨ ਕਰਨ ਵਾਲੇ ਸਾਡੇ ਨਾਲ ਬਹੁਤ ਅਸੀਂ ਵੇਖਿਆ ਕਿ ਕਈ ਜਗ੍ਹਾ 'ਤੇ ਹੁੰਦਾ ਹੈ ਕਿ ਇਖਤਲਾਫ ਹੋ ਜਾਂਦਾ ਲੇਕਿਨ ਮੈਡਮ ਨੇ ਕਦੇ ਵੀ ਕਿਸੇ ਵੀ ਪ੍ਰੋਗਰਾਮ ਲਈ ਇਖਤਲਾਫ ਨਹੀਂ ਕੀਤਾ ਕਿਸੇ ਕੰਮ ਲਈ ਇਖਤਲਾਫ ਨਹੀਂ ਕੀਤਾ ਬਲਕਿ ਸਾਨੂੰ ਪ੍ਰਵੋਕ ਕੀਤਾ ਕਿ ਤੁਸੀਂ ਕਰੋ ਔਰ ਇਹਨਾਂ ਨੇ ਜਿੰਨਾ ਸਾਨੂੰ ਬਕਅਪ ਕੀਤਾ ਹੈ ਜਿੰਨੀ ਸਾਨੂੰ ਐਨਰਜੀ ਦਿੱਤੀ ਹੈ ਕੰਮ ਕਰਨ ਲਈ ਉਹ ਕਿਉਂਕਿ ਇਹ ਮਹਿਫਲ ਮੁਸਾਲਮਾ ਹੀ ਵਰਨਾ ਅਸੀਂ ਕਹਿੰਦੇ ਕਿ ਇਹਦੇ ਲਈ ਕਲੈਪ ਹੋਣੀ ਚਾਹੀਦੀ ਹੈ ਬਹਰਹਾਲ ਇਹਨਾਂ ਲਈ ਦਾਦ ਹੈਗੀ ਹੈ ਔਰ ਇਹ ਹਾਂਜੀ ਨਹੀਂ ਕਿਉਂਕਿ ਮਹਿਫਲ ਮੁਸਾਲਮਾ ਹੈ ਅਤੇ ਅਸੀਂ ਉਸ ਹਵਾਲੇ ਨਾਲ ਇਹਨਾਂ ਨੂੰ ਦਾਦ ਦੇ ਸਕਦੇ ਹਾਂ ਔਰ ਖੁਦ ਵੀ ਆ ਕੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਗੇ ਅਤੇ ਮੈਂ ਆਪਣੇ ਵੱਲੋਂ ਵੀ ਇਹਨਾਂ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਔਰ ਸੱਚੀ ਗੱਲ ਇਹ ਵੇ ਕਿ ਰਸਾਲਤ ਮਾਪ ਦੇ ਹਜ਼ੂਰ ਨਜ਼ਰਾਨਾ ਅਕੀਦਤ ਪੇਸ਼ ਕਰਨਾ ਹੋਵੇ ਜਾਂ ਅਹਿਲੇ ਬੈਤ ਤੇ ਥਾਰ ਦੇ ਹਵਾਲੇ ਨਾਲ ਤਾਂ ਮੇਰੇ 'ਚ ਜ਼ਰੂਰਤ ਕੋਈ ਨਹੀਂ ਕਿ ਮੈਂ ਕੁਛ ਕਹਿ ਸਕਾਂ ਔਰ ਨਾ ਮੈਂ ਇਹ ਗੱਲ ਕਰ ਸਕਦਾ ਵਾਂ ਮੈਂ ਕਰਨ ਜੋਗਾ ਵਾਂ ਦੋ ਚਾਰ ਲਫ਼ਜ਼ ਸਟਾਰਟ 'ਤੇ ਕਿ ਸ਼ੁਰੂ ਸੀ ਕਿ ਵਫਾ ਦਾ ਅੱਖਰ ਕਦੋਂ ਸੀ ਬਣਿਆ ਵਫਾ ਦਾ ਅੱਖਰ ਕਦੋਂ ਸੀ ਬਣਿਆ ਲੱਖਾਂ ਅੱਜ ਤੱਕ ਕਿਆਸ ਆਏ ਵਫਾ ਦਾ ਅੱਖਰ ਕਦੋਂ ਸੀ ਬਣਿਆ ਵਫਾ ਦਾ ਅੱਖਰ ਕਦੋਂ ਸੀ ਬਣਿਆ ਲੱਖਾਂ ਅੱਜ ਤੱਕ ਕਿਆਸ ਆਏ ਵਫਾ ਦੇ ਅੱਖਰ ਵਜੂਦ ਪਾਇਆ ਜਦੋਂ ਦੇ ਗਾਜ਼ੀ ਅੱਬਾਸ ਆਏ ਵਫਾ ਦੇ ਅੱਖਰ ਵਜੂਦ ਪਾਇਆ ਜਦੋਂ ਦੇ ਗਾਜ਼ੀ ਅੱਬਾਸ ਆਏ ਅਤੇ ਜਨਾਬੇ ਮੌਲਾ ਹੁਸੈਨ ਦੇ ਹਵਾਲੇ ਨਾਲ ਕਿ ਅਕਲ ਦੀ ਹੱਦ ਨੂੰ ਕੀ ਮਾਨਣਾ ਏ ਅਕਲ ਦੀ ਹੱਦ ਨੂੰ ਕੀ ਮਾਨਣਾ ਏ ਮੈਂ ਹੋਰ ਕਿੰਨਾ ਕੁ ਜਾਣਨਾ ਏ ਅਕਲ ਦੀ ਹੱਦ ਨੂੰ ਕੀ ਮਾਨਣਾ ਏ ਮੈਂ ਹੋਰ ਕਿੰਨਾ ਕੁ ਜਾਣਨਾ ਏ ਹੁਸੈਨ ਸੀਨੇ ਦਾ ਚਾਨਣਾ ਏ ਹੋਰ ਕਿੰਨਾ ਕੁ ਜਾਣਨਾ ਏ ਹੁਸੈਨ ਸੀਨੇ ਦਾ ਚਾਨਣਾ ਏ ਹੁਸੈਨ ਸੋਚਾਂ ਦੇ ਰੁੱਖ ਦੀ ਛਾਂ ਏ ਹੁਸੈਨ ਸੋਚਾਂ ਦੇ ਰੁੱਖ ਦੀ ਛਾਂ ਏ ਹੁਸੈਨ ਅਕਲਾਂ ਤੋਂ ਵੀ ਅਗਾਂਏ ਹੁਸੈਨ ਅੱਲਾ ਦੇ ਘਰ ਦੀ ਥਾਂ ਏ ਹੁਸੈਨ ਅਕਲਾਂ ਤੋਂ ਵੀ ਅਗਾਂਏ ਹੁਸੈਨ ਅੱਲਾ ਦੇ ਘਰ ਦੀ ਥਾਂ ਏ ਹੁਸੈਨ ਅਜ਼ਲਾਂ ਦਾ ਸਿਲਸਿਲਾ ਏ ਹੁਸੈਨ ਅਜ਼ਲਾਂ ਦਾ ਸਿਲਸਿਲਾ ਏ ਹੁਸੈਨ ਅੰਤਾਂ ਦਾ ਰਾਬਤਾ ਏ ਹੁਸੈਨ ਅੰਤਾਂ ਦਾ ਰਾਬਤਾ ਏ ਹੁਸੈਨ ਅਰਸ਼ਾਂ ਦੀ ਨੂਰੀ ਰਾਹ ਏ
हुसैन अरशा दी नूरी राय हुसैन मखतूले करबलाए हुसैन तफसीरे मुस्तफाए हुसैन तावीले मुर्तजाए हुसैन तदबीरे मुश्तबाए हुसैन तदबीरे मुश्तबाए हुसैन अल्लाह दा फैसला है हुसैन अल्लाह दा फैसला है। और जनाब राय साहब शेरे के हुसैन नेजे ते गल कही है हुसैन नेजे ते गल कही है हुसैन इसमें इलादा है ये हुसैन नेजे ते गल कही है जवाब साहब हुसैन नेजे ते गल कही है हुसैन इसमें इलादा है ये हुसैन सब्रो रजादा मच अच्छा हुसैन सब्रो रजादा मचे हुसैन पूरे दा पूरा सचे हुसैन हुसैन सब्रो रजादा मचे क्या कहनी क्या कहनी हुसैन सब्रो रजादा मचे हुसैन पूरे दा पूरा सचे और हुसैन मेरा मरण ते जीण है हुसैन मेरा मरण ते जीण है हुसैन पूरे दा पूरा दीन है हुसैन मेरा मरण ते जीण है हुसैन मेरा मरण ते जीण है हुसैन पूरे दा पूरा दीन है जे इश्क हरफा नु चुन रहा है जे इश्क हरफा नु पुन रहा है मेरे अकीदे नु चुन रहा है कसम कलम दी जो पढ़ रहा वा हुसैन मौला उ सुन रहा है क्या कहने क्या कहने अच्छी गवाही है भाई अच्छी गवाही वड्डियां दी महफल ते साडा अकीदा तां यही है कम अज कम मेरा तां जो जदों वड्डियां दी महफल होवे वड्डे उत्थे मौजूद हुंदे ने बस सादे इतराम एक इतराफ करना है कि जो कुछ मेरे कोल ये सारा हुसैन दा है जो कुछ मेरे कोल सारा हुसैन ये सारा हुसैन दा है मेरी ते सोच नू भी सहारा हुसैन दा है क्या कहें क्या कहें जो कुछ मेरे कोल सारा हुसैन दा है मेरी ते सोच नू भी सहारा हुसैन दा है ते डाची ये मेरे बूए ते एवें नहीं बह गई डाची ये मेरे बूए ते एवें नहीं बह गई कखां दी कुल्ली उत्ते चबारा हुसैन दा है क्या 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 माशाल्लाह दो शेर के पोड़ दाने नू पींदा रांदा है पोड़ दाने नू पींदा रांदा है दाना मुड़ भी जींदा रांदा है पोड़ दाने नू पींदा रांदा है दाना मुड़ भी जींदा रांदा है नेजे ते बस हिक्के ही पड़िया है शेर वेख्या पुड़ दाने नू पींदा रांदा है दाना मुड़ भी जींदा रांदा है नेजे ते बस हिक्के ही पड़िया है उंज कुरान पढ़िंदा रांदा है ते एक शेर होर एक शेर के करबल तीकर मौत दा मतलब मौत ही हा करबल तीकर मौत दा मतलब मौत ही हा करबल पिछू मौत हुसैनी लंगर है ते खकान माशाल्लाह बड़ी अच्छी नज़म पढ़ गया ए दो निकियां निकियां नज़मां के नौवीं रात नज़म दा उनवान जुगनुआ वर्गा चानण हाया
ਨੇਰਾ ਨੌਵੀਂ ਰਾਤ ਦਾ ਹਾਣੀ ਅੱਛਾ ਜੁਗਨੂਆਂ ਵਰਗਾ ਚਾਨਣ ਹਾਇਆ ਨੇਰਾ ਨੌਵੀਂ ਰਾਤ ਦਾ ਹਾਣੀ ਸੁੱਕੀ ਰੇਤ ਫੁਰਾਤ ਦੇ ਪਾਣੀ ਵਾਂਗੂ ਸੁੱਕੀ ਰੇਤ ਫੁਰਾਤ ਦੇ ਪਾਣੀ ਵਾਂਗੂ ਵਾ ਦੇ ਹੰਝੂਆਂ ਪਿੱਛੇ ਉੱਡ ਪਈ ਸੁੱਕੀ ਰੇਤ ਫੁਰਾਤ ਦੇ ਪਾਣੀ ਵਾਂਗੂ ਵਾ ਦੇ ਹੰਝੂਆਂ ਪਿੱਛੇ ਉੱਡ ਪਈ ਪਰ ਉਸ ਵਾ ਦੇ ਅਥਰੂ ਬਿੱਟਾ ਗੁਲਾਮ ਸਿੰਘ ਸਾਜਦ ਸਾਹਿਬ ਬਿੱਟਾ ਸਮਝਦੇ ਨੇ ਪਰ ਉਸ ਵਾ ਦੇ ਅਥਰੂ ਬਿੱਟਾ ਅੱਗ ਦਾ ਸੇਕ ਵੀ ਪੱਲੇ ਕੋਈ ਨਾ ਘਰ ਹਾ ਮੇਰਾ ਅੱਗ ਦਾ ਸੇਕ ਵੀ ਪਰ ਉਸ ਵਾ ਦੇ ਅਥਰੂ ਬਿੱਟਾ ਅੱਗ ਦਾ ਸੇਕ ਵੀ ਅੱਗ ਦੇ ਪੱਲੇ ਕੋਈ ਨਾ ਘਰ ਹਾ ਮੇਰਾ ਸ਼ਾਂ ਸ਼ਾਂ ਓਪਰੀ ਘਰ ਹਾ ਮੇਰਾ ਪਰ ਉਸ ਵਾ ਦੇ ਅਥਰੂ ਬਿੱਟਾ ਅੱਗ ਦਾ ਸੇਕ ਵੀ ਅੱਗ ਦੇ ਪੱਲੇ ਕੋਈ ਨਾ ਘਰ ਹਾ ਮੇਰਾ ਸ਼ਾਂ ਸ਼ਾਂ ਓਪਰੀ ਕਰਬਲ ਹਾਈ ਜਾਂ ਮੈਂ ਹਾਂ ਕਰਬਲ ਇੱਕ ਹੋਰ ਏਡੀ ਕੁ ਨਦ ਕਿ ਨਦਮ ਦਾ ਉਨਵਾਨ ਹੈ ਤੱਕ ਇੱਕ ਤਾਂ ਹੁੰਦਾ ਤੱਕਣਾ ਉਹ ਨਹੀਂ ਜਿਹੜੀ ਹਿੰਮਤ ਹੁੰਦੀ ਤੱਕ ਵੇਲੇ ਇੱਕ ਦੇ ਆਖਿਆ ਪੈਂਡਿਆ ਵੇਲੇ ਇੱਕ ਦੇ ਆਖਿਆ ਪੈਂਡਿਆ ਸੰਗ ਕਦੀ ਨਹੀਂ ਵੰਡਦੇ ਸੰਗਤ ਵੇਲੇ ਇੱਕ ਦੇ ਆਖਿਆ ਪੈਂਡਿਆ ਸੰਗ ਕਦੀ ਨਹੀਂ ਵੰਡਦੇ ਸੰਗਤ ਚੰਗੇ ਸੰਗੀ ਤੁਰਨ ਤੋਂ ਭਾਲੂ ਅੰਗ ਲੈਂਦੇ ਨੇ ਰਾਹ ਦਾ ਭਾਰ ਅੰਗ ਲੈਂਦੇ ਨੇ ਰਾਹ ਦਾ ਭਾਰ ਵੇਖੇ ਨਾ ਉਹ ਕਿੱਥੇ ਜਾ ਕੇ ਵੇਖੇ ਨਾ ਉਹ ਕਿੱਥੇ ਜਾ ਕੇ ਮੈਂ ਸੰਭਾਲਿਆ ਨਾਲ ਦਾ ਕੋਈ ਨਹੀਂ ਵੇਖੇ ਨਾ ਉਹ ਕਿੱਥੇ ਜਾ ਕੇ ਮੈਂ ਸੰਭਾਲਿਆ ਨਾਲ ਦਾ ਕੋਈ ਨਹੀਂ ਨਾਲ ਦਾ ਕੋਈ ਨਹੀਂ ਕਿੱਥੋਂ ਮੈਂ ਪਰਤੀ ਕੇ ਆਇਆ ਤੂੰ ਉਦੋਂ ਦਾ ਅਜੇ ਵੀ ਇੱਥੇ ਰੇਤ ਦੇ ਟਿੱਬਿਆਂ ਕੋਲ ਖਲੋਤਾ ਤੂੰ ਉਦੋਂ ਦਾ ਅਜੇ ਵੀ ਇੱਥੇ ਰੇਤ ਦੇ ਟਿੱਬਿਆਂ ਕੋਲ ਖਲੋਤਾ ਹੈ ਕਿਸੇ ਖਿਲਾਰਿਆ ਹੀ ਕਿ ਯਾ ਮੁੜ ਕਿਸੇ ਖਿਲਾਰਿਆ ਹੀ ਕਿ ਯਾ ਮੁੜ ਤੱਕ ਦਾ ਭੈੜਿਆ ਸਾਹ ਕਢਾਉ ਹੈ ਪੈਂਡੇ ਪੈਂਡੇ ਵੇਲੇ ਵੱਲ ਨਿਜਾ ਕੇ ਵੇਖਿਆ ਤੇ ਉਸ ਵੇਖਣ ਵਿੱਚੋਂ ਨਿੰਮੀ ਜਿਹੀ ਇੱਕ ਵਿਰਸੀ ਬੋਲੀ ਵੇਖਿਆ ਤੇ ਉਸ ਵੇਖਣ ਵਿੱਚੋਂ ਨਿੰਮੀ ਜਿਹੀ ਇੱਕ ਵਿਰਸੀ ਬੋਲੀ ਤੂੰ ਤੁਰਨਾ ਹੈ ਨੂਟ ਕੇ ਅੱਖੀ ਮੰਜ਼ਲ ਆਖੂ ਗੇੜਿਆਂ ਦਿਸਦੀ ਦੋ ਬੋਲੀਆਂ ਤੇ ਇੱਕ ਟੱਪਾ ਬਸ ਕਿ ਤੈਨੂੰ ਸ਼ਰਮ ਨਾ ਪਾਣੀਆਂ ਆਈ ਤੈਨੂੰ ਸ਼ਰਮ ਨਾ ਪਾਣੀਆਂ ਆਈ ਵੇ ਤੱਸਿਆਂ ਦੀ ਤਾਂਗ ਮਰ ਗਈ ਤੇ ਜਦੋਂ ਬੁੱਝ ਕੇ ਤੇ ਬਲਿਆ ਦੀਵਾ ਜਦੋਂ ਬੁੱਝ ਕੇ ਤੇ ਬਲਿਆ ਦੀਵਾ ਵਫਾਵਾਂ ਨੂੰ ਮਿਰਾਜ ਹੋ ਗਈ ਤੇ ਟੋਰੇ 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 ਨੀ ਉਹਨੇ ਕੀ ਮੈਦਾਨ ਹਰਨਾ ਜਿਹੜਾ ਪੰਜ ਧਨ ਪਾਕ ਨੂੰ ਸੋਰੇ ਨੀ ਉਹਨੇ ਕੀ ਮੈਦਾਨ ਮੇਰੀ ਤਬੀਅਤ ਅੱਜ ਠੀਕ ਨਹੀਂ ਸੀ ਔਰ ਮੈਂ ਆਂਦੇ ਖਾਕਾਨ ਨੂੰ ਕਿਹਾ ਸੀ ਕਿ ਮੈਨੂੰ ਦੂਸਰੇ ਨੰਬਰ 'ਤੇ ਫੜਾ ਦੇ ਉਹਦਾ ਨਤੀਜਾ ਜ਼ਾਹਿਰ ਗੱਲ ਇਹ ਹੈ ਕਿ ਅਲੀ ਜ਼ਰੀਓਨ ਨੇ ਔਰ ਖਾਕਾਨ ਨੇ
और राय साहब ने जो पढ़िया है मैनू लगता है कि मैं वाकई पहले दूसरे नंबर से पढ़ के चला जाना चाहिए। बहुत अच्छी चीज़ा मतलब सुनिया ने और खास तौर पर खाकान ने तो अज हैरान कर दिता। हैरान तो खैर हमेशा ही करते हैं। सलाम दे कुछ शेर ने जी के हक दी रमज रवायत बनिया हर एक कम हुसैन का, हक दी रमज रवायत बनिया हर एक कम हुसैन का, 14 सदियां मगरों भी नहीं रुकया कदम हुसैन का। हक दी रमज रवायत बनिया 14 सदियां मगरों भी हर एक कम हुसैन का, 14 सदियां मगरों भी नहीं रुकया कदम हुसैन का। चिर ताई मैं अपने कदमां ते नहीं खड़िया रहना जे, चिर ताई मैं अपने कदमां ते नहीं खड़िया रहना जे, अंदरों अंदरों खोरी जांदा मैनू गम हुसैन का। चिर ताई मैं अपने कदमां ते नहीं खड़िया रहना जे, अंदरों अंदरों खोरी जांदा है मैनू गम हुसैन दा। उस दिहाड़े जाग पई सी करबल दी तकदीर मियां, उस दिहाड़े जाग पई सी करबल दी तकदीर मियां, जदों मदीने विच होया सी सोहना जन्म हुसैन दा। उस दिहाड़े जाग पई सी करबल दी तकदीर मियां, जदों मदीने विच होया सी सोहना जन्म हुसैन दा। कोई नीवा नहीं कर सकिया मोया भी सर ओहदे नूं, कोई नीवा कर नहीं सकिया मोया भी सर ओहदे नूं, मेरे मौला ने रखिया सी डाढ़ा भरम हुसैन दा। मेरे मौला ने रखिया सी डाढ़ा भरम हुसैन दा, मेरी अखां विच भी हंजुआं अपने दीवे बाल ले, मेरियां अखां विच भी हंजुआं अपने दीवे बाल ले, सच पुछो ता हुण होया जे मैथे करम हुसैन दा। मेरियां अखां विच भी हंजुआं अपने दीवे बाल ले, मेरी अखां विच भी हंजुआं अपने दीवे बाल ले, सच पुछो ता हुण होया जे मैथे करम हुसैन दा। ਭਾਵੇਂ ਦੋਵੇਂ ਬਾਜ਼ੂ ਕੱਪ ਲਓ ਭਾਵੇਂ ਸੀਨਾ ਚੀਰ ਦਿਓ, ਭਾਵੇਂ ਦੋਵੇਂ ਬਾਜ਼ੂ ਕੱਪ ਲਓ ਭਾਵੇਂ ਸੀਨਾ ਚੀਰ ਦਿਓ, ਅਸੀਂ ਤਾਂ ਨੀਵਾਂ ਹੋਣ ਨਹੀਂ ਦੇਣਾ ਕਦੀ ਵੀ ਅਲਮ ਹੁਸੈਨ ਦਾ। ਅਸੀਂ ਤਾਂ ਨੀਵਾਂ ਹੋਣ ਨਹੀਂ ਦੇਣਾ ਕਦੀ ਵੀ ਅਲਮ ਹੁਸੈਨ ਦਾ। ਸਾਜਦ ਓੜਕ ਮੁੱਕ ਜਾਣੀ ਏ ਕੁਫਰ ਅਤੇ ਕਾਲਕ ਦੀ ਸ਼ਾਹੀ, ਸਾਜਿਦ ਓੜਕ ਮੁੱਕ ਜਾਣੀ ਹੈ ਸ਼ਾਹੀ ਕੁਫਰ ਅਤੇ ਕਾਲਕ ਦੀ, ਹੱਕ ਦਾ ਚਾਨਣ ਕਰਦਾ ਰਹਿੰਦਾ ਹੈ ਅੱਜ ਵੀ ਦਮ ਹੁਸੈਨ ਦਾ। ਹੱਕ ਦਾ ਚਾਨਣ ਕਰਦਾ ਰਹਿੰਦਾ ਹੈ ਅੱਜ ਵੀ ਦਮ ਹੁਸੈਨ ਦਾ, ਹੱਕ ਦੀ ਰਮਜ਼ ਰਵਾਇਤ ਬਣਿਆ ਹਰ ਇੱਕ ਕੰਮ ਹੁਸੈਨ ਦਾ, 14 ਸਦੀਆਂ ਮਗਰੋਂ ਵੀ ਨਹੀਂ ਰੁਕਿਆ ਕਦਮ ਹੁਸੈਨ ਦਾ। ਤੁਹਾਡੀਆਂ ਸਾਰਿਆਂ ਦੇ ਇੱਧਰ ਇੱਥੇ ਮਿਲਾ ਕੇ ਚਾਮਦ ਦਾ ਬਹੁਤ ਸ਼ੁਕਰੀਆ। ਇਹ ਮਹਿਫਲ ਮੁਸਾਲਮਾ ਜ਼ਾਹਿਰ ਹੈ ਹੁਣ ਜੋ ਜਿਸ ਤਰ੍ਹਾਂ ਮੁਹਰਮ ਹਮੇਸ਼ਾ ਆਉਂਦਾ ਹੈ ਅਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਦੇਖਿਆ ਔਰ ਇਹ ਸਾਡੀ ਤਹਿਜ਼ੀਬ ਹੈ, ਰਿਵਾਜ ਹੈ ਸਾਡਾ, ਇੱਕ ਤਰ੍ਹਾਂ ਜੋ ਸਮਝੋ ਹਮੇਸ਼ਾ ਤੋਂ ਅਸੀਂ ਦੇਖਿਆ ਕਿ ਹਜ਼ਰਤ ਇਮਾਮ ਹੁਸੈਨ ਵਾਸਤੇ ਔਰ ਨਬੀ ਦੀ ਆਲ ਵਾਸਤੇ ਅਸੀਂ ਜਿਹੜੇ ਹੈ ਇਹ ਦਿਹਾੜੇ ਮਨਾਉਣੇ ਨੇ। ਅਤੇ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਸਾਰੇ ਆਪਣੀ ਤਖਲੀਕ ਜਿਹੜੀ ਹੈ ਉਹਨਾਂ ਦੇ ਵਾਸਤੇ ਉਹਨਾਂ ਦੀ ਨਜ਼ਰ ਕਰੀਏ। ਅਤੇ ਮਾਸ਼ਾਅੱਲਾ ਮੈਂ ਜਿੰਨੀ ਦੇਰ ਬੈਠੀ ਹਾਂ ਮੈਂ ਦੇਖਿਆ ਕਿ ਬਹੁਤ ਉਮਦਾ ਬਹੁਤ ਆਲਾ ਪਾਏ ਦਾ ਕਲਾਮ ਜਿਹੜਾ ਹੈ ਉਹ ਪੜ੍ਹਿਆ ਗਿਆ ਹੈ। ਅਤੇ ਮੈਂ ਹਰ ਦਫਾ ਜਦੋਂ ਵੀ ਕਿਸੀ ਵੀ ਐਸੀ ਮਹਿਫਿਲ 'ਚ ਤੁਹਾਡੇ ਨਾਲ ਇਕੱਠੀ ਹੁੰਦੀ ਹਾਂ ਤਾਂ ਮੈਂ ਪਹਿਲੇ ਤੋਂ ਜ਼ਿਆਦਾ ਤੁਹਾਡੇ ਸਾਰਿਆਂ ਤੋਂ ਮੁਤਾਸਿਰ ਹੁੰਦੀ ਹਾਂ। ਮਾਸ਼ਾਅੱਲਾ ਅੱਲਾਹ ਤਾਲਾ ਹੋਰ ਕਰੇ ਜ਼ੋਰੇ ਕਲਮ ਹੋਰ ਜ਼ਿਆਦਾ ਔਰ ਸਾਨੂੰ ਤੌਫੀਕ ਦੇ ਇਸੀ ਤਰ੍ਹਾਂ ਦਿਹਾੜਿਆਂ 'ਤੇ ਲਿਖਣ ਦੀ, ਇਸੀ ਤਰ੍ਹਾਂ ਇਨਸਾਨ ਦੇ ਔਰ ਸਾਡੇ ਇਰਦ ਗਿਰਦ ਜਿਹੜੇ ਜੋ ਸਾਡੇ ਮਹਿਸੂਸਾਤ ਨੇ ਅਹਿਸਾਸਾਤ ਨੇ ਉਹਨਾਂ ਨੂੰ ਇਤਨੇ ਉਮਦਾ ਤਰੀਕੇ ਨਾਲ ਤੁਸੀਂ ਅਲਫਾਜ਼ 'ਚ ਢਾਲ ਕੇ ਅਤੇ ਜ਼ੇਬੇ ਕਰਤਾਸ ਕਰੋ ਔਰ
ਸਾਨੂੰ ਅੱਲਾ ਨੇ ਤੌਫੀਕ ਦੇ ਕਿ ਅਸੀਂ ਉਸਨੂੰ ਰਿਕਾਰਡ ਕਰ ਸਕੀਏ, ਅਸੀਂ ਉਸਨੂੰ ਪ੍ਰਿਜ਼ਰਵ ਕਰ ਸਕੀਏ, ਅਸੀਂ ਉਸਨੂੰ ਫੈਲਾ ਸਕੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ, ਕਿਉਂਕਿ ਇਹ ਹੀ ਸਾਡੀ ਜ਼ਿੰਮੇਦਾਰੀ ਵੀ ਹੈ ਪੰਜਾਬੀ ਜ਼ਬਾਨ ਦੀ ਦੀ ਬੜੋਤਰੀ ਵਾਸਤੇ ਕੰਮ ਕਰਨ ਦਾ, ਇਸਨੂੰ ਇਸਦੇ ਅਦਬ ਅਤੇ ਲਿਟਰੇਚਰ ਨੂੰ ਪ੍ਰਿਜ਼ਰਵ ਕਰਨ ਦਾ ਜਿਹੜਾ ਸਾਡਾ ਇੱਕ ਔਫੀਸ਼ੀਅਲ ਮੈਂਡੇਟ ਹੈ, ਅਤੇ ਉਸਦੇ ਨਾਲ ਨਾਲ ਤੁਹਾਡੀ ਸਾਰਿਆਂ ਦੀ ਇਤਨੀ ਆਲਾ ਪਾਏ ਬਾਜ਼ੌਕ ਕੰਪਨੀ, ਇਤਨੀ ਮਾਸ਼ਾਅੱਲਾ ਪੜ੍ਹੀ ਲਿਖੀ ਹੋ ਸੋਹਬਤ ਜਿਹੜੀ ਹੈ ਉਹ ਇੱਕ ਐਡੀਸ਼ਨਲ ਬੈਨੀਫਿਟ ਹੈ ਇਸ ਸਾਰੇ ਦਾ। ਅਤੇ ਮੈਂ ਖਾਕਾਨ ਸਾਹਿਬ ਦਾ ਖਾਸ ਤੌਰ 'ਤੇ ਖਸੂਸੀ ਤੌਰ 'ਤੇ ਸ਼ੁਕਰੀਆ ਅਦਾ ਕਰਾਂਗੀ, ਕਿਉਂਕਿ ਉਹਨਾਂ ਨੇ ਆਪਣੀ ਇਹ ਜ਼ਿੰਮੇਦਾਰੀ ਸਮਝਦੇ ਹੋਏ ਬਹੁਤ ਅੱਛੇ ਉਮਦਾ ਤਰੀਕੇ ਨਾਲ ਇਸ ਦਿਹਾੜ ਦਾ ਇਹਤਮਾਮ ਕੀਤਾ। ਅਗਰਚੇ ਮੇਰਾ ਖਿਆਲ ਹੈ ਸਾਨੂੰ ਜ਼ਿਆਦਾ ਲੋਕਾਂ ਨੂੰ ਇਨਵਾਈਟ ਕਰਨਾ ਚਾਹੀਦਾ ਸੀਗਾ, ਔਰ ਜ਼ਿਆਦਾ ਅੱਛਾ, ਕਿਉਂਕਿ ਮਾਸ਼ਾਅੱਲਾ ਜਿਸ ਆਲਾ ਪਾਏ ਦਾ ਇਹ ਕਲਾਮ ਹੈ, ਮੈਂ ਬੈਠੀ ਸੋਚ ਰਹੀ ਸੀ ਕਿ ਮੈਂ ਆਪਣੇ ਬੜੇ ਦੋਸਤਾਂ ਨੂੰ ਜਿਨ੍ਹਾਂ ਨਾਲ ਮੇਰੀ ਟ੍ਰੇਨਿੰਗ ਹੋ ਰਹੀ ਹੈ ਅੱਜ ਕੱਲ੍ਹ, ਮੈਂ ਮਹਿਰੂਮ ਰੱਖਿਆ ਉਹਨਾਂ ਨੂੰ, ਅਤੇ ਮੈਨੂੰ ਚਾਹੀਦਾ ਸੀ ਮੈਂ ਉਹਨਾਂ ਨੂੰ ਬੁਲਾਉਂਦੀ, ਔਰ ਉਹ ਵੀ ਸਾਰੇ ਸਭ ਸੁਣਦੇ, ਔਰ ਇਸ ਤੋਂ ਜਿਹੜਾ ਹੈ ਉਹ ਤੁਹਾਡੇ ਮੇਰੀ ਤਰ੍ਹਾਂ ਤੁਹਾਡੇ ਸਾਰਿਆਂ ਤੋਂ ਮੁਤਾਸਿਰ ਹੁੰਦੇ। ਅਤੇ ਬੜੀ ਮਿਹਰਬਾਨੀ ਜੀ, ਇਨਸ਼ਾਅੱਲਾ ਤੁਹਾਡੇ ਸਾਰਿਆਂ ਦੇ ਤਾਵੁਨ ਨਾਲ ਅਸੀਂ ਇਸ ਤਰ੍ਹਾਂ ਦੀਆਂ ਮਹਿਫਲਾਂ ਹੋਰ ਸਜਾਉਂਦੇ ਰਹਾਂਗੇ। ਤੁਹਾਡਾ ਤਾਵੁਨ, ਦੁਆਵਾਂ ਅਤੇ ਰਹਿਨੁਮਾਈ ਜਿਹੜੀ ਹੈ ਸਾਨੂੰ ਕਦਮ ਕਦਮ 'ਤੇ ਦਰਕਾਰ ਹੈ। ਬਹੁਤ ਮਿਹਰਬਾਨੀ ਸਰ ਸਾਹਿਬ ਮਹਿਫਲ, ਤੁਸੀਂ ਜਿਹੜਾ ਹੈ ਹੁਣ ਸਾਨੂੰ ਤੁਹਾਡੇ ਹਵਾਲੇ ਮਾਈਕ, ਔਰ ਓ ਟੂ ਥੈਂਕ ਯੂ ਵੈਰੀ ਮੱਚ। ਬਹੁਤ ਮੁਹੱਬਤ ਜੀ, ਸਭ ਤੋਂ ਪਹਿਲੇ ਗੱਲ ਤਾਂ ਕਿ ਮੈਂ ਪਤਾ ਨਹੀਂ ਇਸ ਕਾਬਿਲ ਹੈ ਸਾ ਕਿ ਮੁਸਾਲਮੀ ਦੀ ਸਦਾਰਤ ਕਰਾਂ ਜਾਂ ਨਾ ਕਰਾਂ। ਬਹਰਹਾਲ ਖਾਕਾਨ ਸਾਹਿਬ ਨੂੰ ਜਾਤੀ ਕੀਤੀ ਮੇਰੇ ਨਾਲ ਇੱਥੇ ਬਿਠਾ ਕੇ, ਇਕੱਲਿਆਂ ਨੂੰ ਮੈਂ ਵੈਸੇ ਹੀ ਆਪਣੇ ਆਪ ਨੂੰ ਨਾ ਨਿਗਾਹ ਨਿਗਾਹ ਜਿਹਾ ਮਹਿਸੂਸ ਕਰਨ ਡਿਆ ਸਾ, ਤੁਹਾਡੇ ਵਿੱਚ ਬਹਿੰਦਾ ਅਤੇ ਤੁਹਾਨੂੰ ਮੇਰਾ ਕੱਦ ਵੱਡਾ ਹੁੰਦਾ। ਬਹਰਹਾਲ ਬੜੀ ਮਿਹਰਬਾਨੀ ਜਵਾਦ ਸਾਹਿਬ, ਬਹੁਤ ਅੱਛੀ ਸ਼ਾਇਰੀ, ਜੋ ਵੀ ਸਲਾਮ ਆਪਣੀ ਅਕੀਦਤ ਦੇ ਮੁਤਾਬਿਕ ਦੂਸਰਾ ਸੁਣਾਇਆ। ਬਹਰਹਾਲ ਬਿਲਕੁਲ ਮਾੜਾ ਚੰਗਾ ਜੋ ਹੈ ਉਹ ਸੁਣੋ ਕਿ ਕਿੰਝ ਅੜੀ ਦਾ ਜ਼ੁਲਮਾਂ ਅੱਗੇ, ਕਿੰਝ ਜ਼ੁਲਮ ਸਾਹਿਬ, ਕਿੰਝ ਅੜੀ ਦਾ ਜ਼ੁਲਮਾਂ ਅੱਗੇ ਦਸ ਹੁਸੈਨ ਗਿਆ, ਕਿੰਝ ਅੜੀ ਦਾ ਜ਼ੁਲਮਾਂ ਅੱਗੇ ਦਸ ਹੁਸੈਨ ਗਿਆ, ਇਸੇ ਲਈ ਤੇ ਲੂਣੂ ਸਾਡੇ ਵਸ, ਕਿੰਝ ਕਿੰਝ ਅੜੀ ਦਾ ਜ਼ੁਲਮਾਂ ਅੱਗੇ ਦਸ ਹੁਸੈਨ ਗਿਆ, ਇਸੇ ਲਈ ਤੇ ਲੂਲੂ ਸਾਡੇ ਵਸ, ਹੁਸੈਨ ਗਿਆ ਤੇ ਡਿੱਗੇ ਫਲਕ ਜਾਂ ਧਰਤੀ ਪਾਟੇ ਰਿਸ਼ਤਾ ਟੁੱਟੇ ਕਿੰਝ, ਡਿੱਗੇ ਫਲਕ ਜਾਂ ਧਰਤੀ ਪਾਟੇ ਰਿਸ਼ਤਾ ਟੁੱਟੇ ਕਿੰਝ, ਲਾ ਲਾ ਦੇ ਪੇਚਾਂ ਦੇ ਨਾਲ ਕਸ, ਡਿੱਗੇ ਫਲਕ ਜਾਂ ਧਰਤੀ ਪਾਟੇ ਰਿਸ਼ਤਾ ਟੁੱਟੇ ਕਿੰਝ, ਲਾ ਲਾ ਦੇ ਪੇਚਾਂ ਦੇ ਨਾਲ ਕਸ, ਹੁਸੈਨ ਗਿਆ ਤੇ ਤੇਰੀ ਮੇਰੀ ਲੱਜ ਬਚਾਵਣ ਕਮਲੀ ਵਾਲਿਆ ਵੇਖ, ਤੇਰੀ ਮੇਰੀ ਲੱਜ ਬਚਾਵਣ ਕੰਬਲੀ ਵਾਲਿਆ ਵੇਖ, ਚੱਖੜਾਂ ਵਿੱਚ ਤੂਫਾਨਾਂ ਸਾਡਾ ਫਸ, ਚੱਖੜਾਂ ਵਿੱਚ ਤੂਫਾਨਾਂ ਸਾਡਾ ਫਸ, ਹੁਸੈਨ ਗਿਆ, ਚੱਖੜਾਂ ਵਿੱਚ ਤੂਫਾਨਾਂ ਸਾਡਾ ਫਸ, ਹੁਸੈਨ ਗਿਆ ਤੇ ਉਹਨੂੰ ਆਪਣੀ ਜੰਨਤ ਉਹਦੇ ਕਰਨੀ ਪੈ ਗਈ ਨਾ, ਉਹਨੂੰ ਆਪਣੀ ਜੰਨਤ ਉਹਦੇ ਕਰਨੀ ਪੈ ਗਈ ਨਾ, ਇੰਨਾ ਉਹਦੀ ਰੂਹ ਦੇ ਅੰਦਰ ਤਸ, ਇੰਨਾ ਉਹਦੀ ਇੰਨਾ ਉਹਦੀ ਰੂਹ ਦੇ ਅੰਦਰ ਤਸ, ਹੁਸੈਨ ਗਿਆ, ਇੰਨਾ ਉਹਦੀ ਰੂਹ ਦੇ ਅੰਦਰ ਤਸ, ਹੁਸੈਨ ਗਿਆ ਤੇ ਉਤਰੀ ਜਦੋਂ ਮਸੱਲੇ ਉੱਤੇ ਤੀਰਾਂ ਵਾਲੀ ਫੌਜ, ਉਤਰੀ ਉਤਰੀ ਜਦੋਂ ਮਸੱਲੇ ਉੱਤੇ ਤੀਰਾਂ ਵਾਲੀ ਫੌਜ, ਪਿੱਟੀ ਪਿੱਟੀ ਨਾਲ ਦੋਥੜਾ ਬਸ, ਹੁਸੈਨ ਗਿਆ, ਉਤਰੀ ਜਦੋਂ ਉਤਰੀ ਜਦੋਂ ਮਸੱਲੇ ਉੱਤੇ, ਉਤਰੀ ਜਦੋਂ ਮਸੱਲੇ ਉੱਤੇ ਤੀਰਾਂ ਵਾਲੀ ਫੌਜ, ਪਿੱਟੀ ਨਾਲ ਦੋਥੜਾ ਜ਼ੈਨਬ ਬਸ, ਹੁਸੈਨ ਗਿਆ। ਤੇ ਜਨਾਬ ਬੀਬੀ ਜ਼ੈਨਬ ਦੇ ਬਾਜਲ ਚਰਮ ਸੇ ਕਿ ਜ਼ੈਨਬ ਵਰਗੀ ਭੈਣ ਨਾ ਕੋਈ,
ਜ਼ੈਨਬ ਵਰਗੀ ਭੈਣ ਨਾ ਕੋਈ ਬੇਸ਼ੱਕ ਪੈਣਾ ਹੋਣਗੀਆਂ ਜ਼ੈਨਬ ਵਰਗੀ ਭੈਣ ਨਾ ਕੋਈ ਬੇਸ਼ੱਕ ਪੈਣਾ ਹੋਣਗੀਆਂ ਤੇ ਜਿਵੇਂ ਵੀਰ ਨੂੰ ਜ਼ੈਨਬ ਰੋਈ ਇੰਜ ਭੈਣਾਂ ਨਾ ਰੋਣਗੀਆਂ ਜ਼ੈਨਬ ਵਰਗੀ ਭੈਣ ਨਾ ਕੋਈ ਬੇਸ਼ੱਕ ਪੈਣਾ ਹੋਣਗੀਆਂ ਜਿਵੇਂ ਵੀਰ ਨੂੰ ਜ਼ੈਨਬ ਰੋਈ ਇੰਜ ਪੈਣਾ ਨਾ ਰੋਣਗੀਆਂ ਤੇ ਕੁਝ ਜ਼ੇਵਰ ਭੇਜੇ ਜ਼ਾਲਮਾਂ ਨੇ ਛੇ ਸੁਣੋ ਕੁਝ ਜ਼ੇਵਰ ਭੇਜੇ ਜ਼ਾਲਮਾਂ ਨੇ ਬਣਵਾ ਕੇ ਹੱਥ ਲੁਹਾਰਾਂ ਦੀ ਕੁਝ ਜ਼ੇਵਰ ਭੇਜੇ ਜ਼ਾਲਮਾਂ ਨੇ ਬਣਵਾ ਕੇ ਹੱਥ ਲੁਹਾਰਾਂ ਦੇ ਵਿੱਚ ਖਤ ਦੇ ਲਿਖਿਆ ਜ਼ੈਨਬ ਨੂੰ ਪਰਜਾਈਆਂ ਤੇਰੀਆਂ ਪਾਉਣਗੀਆਂ ਵਿੱਚ ਖਤ ਦੇ ਲਿਖਿਆ ਜ਼ੈਨਬ ਨੂੰ ਪਰਜਾਈਆਂ ਤੇਰੀਆਂ ਪਾਉਣਗੀਆਂ ਅੱਜ ਤਾਜ਼ਾ ਸਲਾਮ ਹੈ ਬਹੁਤ ਘੱਟ ਸੀ ਮੈਂ ਖਾਨ ਸਾਹਿਬ ਨੂੰ ਕਿਹਾ ਸੀ ਜਨਾਬ ਕਿ ਛੇ ਸੁਣੋ ਸਲਾਮ ਹੈ ਕਿ ਆਪਣੇ ਨਾਲ ਅਮਲ ਦੇ ਕੀਤਾ ਬਾਬਾ ਜੀ ਆਪਣੇ ਨਾਲ ਅਮਲ ਦੇ ਕੀਤਾ ਉੱਚਾ ਕੱਦ ਹੁਸੈਨ ਆਪਣੇ ਨਾਲ ਅਮਲ ਦੇ ਕੀਤਾ ਉੱਚਾ ਕੱਦ ਹੁਸੈਨ ਕੋਈ ਵੀ ਕੋਈ ਵੀ ਕੋਈ ਵੀ ਨਹੀਂ ਹੋ ਆਪਣੇ ਨਾਲ ਅਮਲ ਦੇ ਕੀਤਾ ਉੱਚਾ ਕੱਦ ਹੁਸੈਨ ਕੋਈ ਵੀ ਕੋਈ ਵੀ ਕੋਈ ਵੀ ਨਹੀਂ ਹੋ ਛੱਡੀ ਹੱਦ ਹੁਸੈਨ ਕੋਈ ਵੀ ਕੋਈ ਵੀ ਕੋਈ ਵੀ ਨਹੀਂ ਹੋ ਛੱਡੀ ਹੱਦ ਹੁਸੈਨ ਅਤੇ ਜਿਹੜਾ ਕਲਮਾ ਜਿਹੜੀ ਦੁਨੀਆ ਪੜ੍ਹਦੀ ਪਈ ਹੈ ਅੱਜ ਜਿਹੜਾ ਕਲਮਾ ਜਿਹੜੀ ਦੁਨੀਆ ਪੜ੍ਹਦੀ ਪਈ ਹੈ ਅੱਜ ਰੱਬ ਦੀ ਕਸਮੇ ਜ਼ੇਰ ਜ਼ਬਰ ਵੀ ਉਹਦੀ ਸ਼ੱਦ ਹੁਸੈਨ ਜਿਹੜਾ ਕਲਮਾ ਜਿਹੜੀ ਦੁਨੀਆ ਜਿਹੜੀ ਅਸੀਂ ਮੁਸਲਮਾਨ ਮੈਸੂਰ ਜਿਹੜੀ ਇਸਤੇਮਾਲ ਕੀਤਾ ਸਾਰੀ ਦੁਨੀਆ ਨੇ ਇਸਤੇਮਾਲ ਕੀਤਾ ਬਾਕੀ ਤਾਂ ਪੜ੍ਹਦੇ ਵੀ ਨਹੀਂ ਹੈ ਨਾ ਕਲਮਾ ਮੈਂ ਕਿ ਜਿਹੜਾ ਕਲਮਾ ਜਿਹੜੀ ਦੁਨੀਆ ਪੜ੍ਹਦੀ ਪਈ ਹੈ ਅੱਜ ਰੱਬ ਦੀ ਕਸਮੇ ਜ਼ੇਰ ਜ਼ਬਰ ਵੀ ਉਹਦੀ ਸ਼ੱਦ ਹੁਸੈਨ ਅਤੇ ਐਵੇਂ ਝੂਠੀ ਤਾਕਤ ਉੱਤੇ ਖਿਲਰ ਗਿਆ ਯਜ਼ੀਦ ਐਵੇਂ ਝੂਠੀ ਤਾਕਤ ਉੱਤੇ ਖਿਲਰ ਗਿਆ ਯਜ਼ੀਦ ਸਾਡਾ ਦੀਨ ਕਰਨ ਲਈ ਉੱਚਾ ਅੱਗੇ ਵੱਧ ਹੁਸੈਨ ਸਾਡਾ ਦੀਨ ਕਰਨ ਲਈ ਉੱਚਾ ਅੱਗੇ ਵੱਧ ਹੁਸੈਨ ਤੇ ਸ਼ੇਸਨੋ ਕਿ ਨਾਲ ਨਾਲ ਅਦਬ ਤੇ ਉੱਠ ਖਲੋਣੀ ਦੁਨੀਆ ਰੱਬ ਸਮੇਤ ਨਾਲ ਅਦਬ ਦੇ ਨਾਲ ਅਦਬ ਦੇ ਉੱਠ ਖਲੋਣੀ ਦੁਨੀਆ ਰੱਬ ਸਮੇਤ ਮੰਚ ਖੁਦਾ ਤੇ ਉੱਤੇ ਆਇਆ ਸਾਡਾ ਜੱਦ ਹੁਸੈਨ ਨਾਲ ਅਦਬ ਦੇ ਉੱਠ ਖਲੋਣੀ ਦੁਨੀਆ ਰੱਬ ਸਮੇਤ ਮੰਚ ਖੁਦਾ ਦੇ ਉੱਤੇ ਆਇਆ ਸਾਡਾ ਜੱਦ ਹੁਸੈਨ ਮੰਚ ਖੁਦਾ ਦੇ ਉੱਤੇ ਆਇਆ ਸਾਡਾ ਜੱਦ ਹੁਸੈਨ ਤੇ ਸ਼ੇਸਨੋ ਤੇ ਕਰਬਲ ਦੇ ਵਿੱਚ ਜਿਹਨੇ ਸਾਡੀ ਹਜ਼ੂਰ ਕਰਬਲ ਦੇ ਵਿੱਚ ਜਿਹਨੇ ਸਾਡੀ ਰੱਬ ਅਤੇ ਰਸੂਲ ਦੀ ਸਾਂਝੀ ਗੱਲ ਕਰਨ ਲੱਗਾ ਜਿਹਨੇ ਸਾਡੀ ਜਿਹਨੇ ਕਰਬਲ ਵਿੱਚ ਕਰਬਲ ਦੇ ਵਿੱਚ ਜਿਹਨੇ ਸਾਡੀ ਸਾਂਝੀ ਜੰਗ ਲੜੀ ਕਰਬਲ ਦੇ ਵਿੱਚ ਜਿਹਨੇ ਸਾਡੀ ਸਾਂਝੀ ਜੰਗ ਲੜੀ ਨਬੀਆਂ ਦੇ ਸਰਦਾਰਾ ਆਪਣਾ ਦੋਤਾ ਸੱਦ ਹੁਸੈਨ ਨਬੀਆਂ ਦੇ ਸਰਦਾਰਾ ਆਪਣਾ ਦੋਤਾ ਸੱਦ ਹੁਸੈਨ ਅਤੇ ਜ਼ਾਲ ਜਿੰਨਾ ਵੀ ਸੀ ਪਾਰਕ ਵਰਦਾ ਮੱਕੇ ਵਿੱਚ ਮਦੀਨੇ ਜਿੰਨਾ ਵੀ ਸੀ ਪਾਰ ਕੁਫਰ ਦਾ ਮੱਕੇ ਵਿੱਚ ਮਦੀਨੇ ਆਪਣੇ ਮੋਢਿਆਂ ਉੱਤੇ ਸਾਰਾ ਲਿੱਤਾ ਲੱਦ ਹੁਸੈਨ ਆਪਣੇ ਮੋਢਿਆਂ ਉੱਤੇ ਸਾਰਾ ਲਿੱਤਾ ਲੱਦ ਹੁਸੈਨ ਅਤੇ ਜ਼ਾਲਮ ਦੇ ਦਰਬਾਰੋਂ ਬਾਬਾ ਜਿਹੜੀ ਸ਼ਰਤ ਵੀ ਆਈ ਜ਼ਾਲਮ ਦੇ ਦਰਬਾਰੋਂ ਬਾਬਾ ਜਿਹੜੀ ਸ਼ਰਤ ਵੀ ਆਈ ਆਪਣੀ ਜੁੱਤੀ ਥੱਲੇ ਤਰ ਕੇ ਕੀਤੀ ਰੱਦ ਹੁਸੈਨ ਬੜੇ ਮਹੂ ਜ਼ਾਲਮ ਦੇ ਦਰਬਾਰੋਂ ਬਾਬਾ ਜਿਹੜੀ ਸ਼ਰਤ ਵੀ ਆਈ
अपनी जुत्ती थले तरके कीती रद्द हुसैन, अपनी जुत्ती थले तरके कीती रद्द हुसैन। तो सुनो मत ऐसा आखिरी के सारी दुनिया कूके बाबा मरदे नहीं शहीद, सारी दुनिया कुके बाबा मरदे नहीं शहीद, मैं भी तो पेट लिया मरिया कदू सैन। सारी दुनिया कुके बाबा, सारी दुनिया कुके बाबा, सारी दुनिया कुके बाबा मरदे नहीं शहीद, और मैं भी ताइयों पिट रहा वा मरिया कद हुसैन, मैं भी ताइयों पिट रहा वा मरिया कद हुसैन। जी हाँ, जैन भी आला जैन वर्गी पहन ना कोई, जैन वर्गी पहन ना कोई, जैना वर्गी पहन ना कोई, बेशक पहना होन गया जेवें वीर नू चैनब लोई, इंज पहना ना रून गया। लो सदका वीर हुसैन दा जे, लो सदका वीर हुसैन दा जे, ए जोड़ी मेरे पुत्रां दी, लो सदका वीर हुसैन दा जे, ए जोड़ी मेरे पुत्रां दी, जेवें जी करदा जे मार दियो नाथियां सोग मनाउन गियां, जमें जी करदा जे मार दियो ना अखियां सोग बनाउन गियां, कुछ जाल जेवर भेजे जाल बने बनवा के हथ लोहारां दे, कुछ जेवर भेजे जाल बने बनवा के हथ लोहारां दे, विच खत दे लिखिया जैनब नू पर जाइयां तेरियां पाउन गियां। कुछ विच थैंक यू जी, बड़ी मोहब्बत, बड़ी जिंदर सलाम, मोहब्बत मोहब्बत मोहब्बत।